ਸਾਰੇ ਮੀਡੀਆ ਦਾ ਸਵਾਗਤ ਹੈ ਜੀ ਇੱਥੇ ਅੱਜ। ਔਰ ਸਾਡੇ ਨਾਲ ਸਾਡੇ ਪਾਰਟੀ ਦੇ ਸਮੇਤ ਵਾਈਸ ਪ੍ਰੈਜ਼ੀਡੈਂਟ ਮਾਸਟਰ ਬਲਦੇਵ ਸਿੰਘ ਜੀ MLA, ਮੇਰੇ ਲੈਫਟ 'ਤੇ ਦੀਪਕ ਬਾਂਸਲ ਜਨਰਲ ਸੈਕਟਰੀ ਔਰਗਨਾਈਜੇਸ਼ਨ, ਮੇਰੇ ਉਹਨਾਂ ਦੇ ਨਾਲ ਦਲਜੀਤ ਸਿੰਘ ਜੀ ਸਦਰਪੁਰਾ ਸਾਹਿਬ, ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਕਿਸਾਨ ਵਿੰਗ ਦੇ, ਨਵਦੀਪ ਸਿੰਘ ਜੀ ਬੱਬੂ ਔਨ ਦਾ ਐਕਸਟ੍ਰੀਮ ਲੈਫਟ ਪ੍ਰੈਜ਼ੀਡੈਂਟ SC ਵਿੰਗ ਆਫ ਦਾ ਪਾਰਟੀ, ਰਸ਼ਪਾਲ ਸਿੰਘ ਜੀ ਜੋੜਾ ਮਾਜਰਾ ਜਿਹੜੇ ਕਿ ਰੀਸੈਂਟਲੀ ਸਮਾਣੇ ਸਾਨੂੰ ਜੁਆਇਨ ਕੀਤਾ, ਇਹਨਾਂ ਨੂੰ ਅਸੀਂ ਜਨਰਲ ਸੈਕਟਰੀ ਡੈਜ਼ਿਗਨੇਟ ਕੀਤਾ, ਕਰਮਜੀਤ ਕੌਰ ਜੀ ਮਾਨਸਾ, ਨਵਜੋਤ ਕੌਰ ਅਪਕਮਿੰਗ ਸਟਾਰ ਇਨ ਪੰਜਾਬ ਪੋਲੀਟਿਕਸ। ਨਵਜੋਤ ਕੌਰ ਲੰਬੀ ਨੂੰ ਮੈਂ ਅੱਜ ਪੁੱਛ ਰਿਹਾ ਸੀ ਤੇਰੀ ਏਜ ਕਿੰਨੀ ਹੈ, ਅਗਰ ਇਹਦੀ ਏਜ ਅੱਛੀ ਹੁੰਦੀ ਤਾਂ ਇਹਨੂੰ ਪਾਰਲੀਮੈਂਟ ਲੜਾਉਣਾ ਸੀ ਅਸੀਂ, ਬਟ ਅਨਫੋਰਚੁਨੇਟਲੀ ਇਹ ਸਿਰਫ 18 ਸਾਲ ਦੀ ਹਲੇ, ਪਰ ਮੇਰਾ ਖਿਆਲ ਕੰਮ ਅਤੇ ਮੈਚੋਰਿਟੀ ਲੈਵਲ ਜਿਹੜਾ ਇਹਦਾ, ਉਹ ਸ਼ਾਇਦ ਚੰਗੇ ਤੋਂ ਚੰਗੇ ਪੰਜਾਬ ਦੇ ਸਿਆਸਤਦਾਨਾਂ, ਸੁਰਿੰਦਰ ਕੰਵਲ ਜੀ ਸਾਡੇ ਸਪੋਕਸਪਰਸਨ ਨੇ, ਫਿਰ ਮੈਂ ਹੁਣ ਨਾਮ ਗਰਾਉਣ ਲੱਗਿਆ ਤਾਂ ਸਾਰੇ ਸਾਡੇ ਭਰਾ ਨੇ, ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਸਾਹਿਬਾਨ ਨੇ, ਪੋਲੀਟੀਕਲ ਅਫੇਅਰਸ ਕਮੇਟੀ ਦੇ ਪ੍ਰੈਜ਼ੀਡੈਂਟ ਸਾਹਿਬਾਨ ਨੇ, ਅੱਜ ਸਾਡੀ ਸਟੇਟ ਵਰਕਿੰਗ ਕਮੇਟੀ ਦੀ, ਔਰ ਜਿਹੜੀ ਅਸੀਂ 31 ਮੈਂਬਰੀ ਸਟੇਟ ਵਰਕਿੰਗ ਕਮੇਟੀ ਬਣਾਈ ਹੈ, 31 ਅਸੀਂ ਡਿਸਟ੍ਰਿਕਟਸ ਨੋਮੀਨੇਟ ਕੀਤੇ, ਕੁਛ ਸ਼ਹਿਰੀ ਅਤੇ ਪੇਂਡੂ ਮਿਲਾ ਕੇ, 10 ਮੈਂਬਰ ਸਾਡੇ ਪੋਲੀਟੀਕਲ ਅਫੇਅਰਸ ਕਮੇਟੀ ਦੇ ਨੇ, ਔਰ ਇਸ ਦੇ ਨਾਲ ਇਸ ਤੋਂ ਇਲਾਵਾ ਆਲਮੋਸਟ 5 ਜਿਹੜੇ ਵਿੰਗਸ ਬਣਾਏ ਨੇ ਅਸੀਂ, ਉਹਨਾਂ ਦੇ ਪ੍ਰਧਾਨ ਅਧਿਆਕਸ਼ ਵੀ ਸਾਡੇ ਨਾਲ ਦਰਮਿਆਨ ਅੱਜ ਖੜ੍ਹੇ ਨੇ, ਸਪੋਕਸਪਰਸਨ ਨੇ ਸਾਡੇ ਜਿਹੜੇ ਨੋਮੀਨੇਟ ਕੀਤੇ, ਜਿਹੜੇ ਤੁਹਾਡੇ ਕੋਲ ਸਟੂਡੀਓਜ਼ ਵਿੱਚ ਜਾਂਦੇ ਨੇ, ਸੋ ਕੁੱਲ ਮਿਲਾ ਕੇ ਵੀ ਹੈਡ ਅ ਮੈਰਾਥੋਨ ਮੀਟਿੰਗ ਆਫ ਦਾ ਪਾਰਟੀ ਟੂਡੇ, ਔਰ ਅਸੀਂ ਇਹ ਆਮ ਰਵਾਇਤੀ ਪਾਰਟੀਆਂ ਵਾਂਗੂ ਕੋਈ ਲੈਕਚਰਬਾਜ਼ੀ ਇੱਕ ਤਰਫਾ ਨਹੀਂ ਸੀਗਾ, ਇਟ ਵਾਜ਼ ਅ ਕੰਪਲੀਟ ਇੰਟਰੈਕਸ਼ਨ, ਬਹੁਤ ਸਾਰੇ ਅੱਛੇ ਸੁਝਾਓ ਸਾਡੇ ਪਾਰਟੀ ਦੇ ਜ਼ਮੀਨ ਪੱਧਰ ਤੋਂ ਜਿਹੜੇ ਕੁਲੀਗਸ ਨੇ ਦਿੱਤੇ ਨੇ, ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ। ਔਰ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਕਿਸਾਨ ਬੜੀ ਮੁਸ਼ਕਲ ਵਿੱਚ ਆ ਸਾਰੇ ਦੇਸ਼ ਦਾ, ਪੰਜਾਬ ਦਾ ਕਿਸਾਨ, ਕਿਉਂਕਿ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਨ ਵਿੱਚ ਉਹਦਾ ਸਭ ਤੋਂ ਵੱਡਾ ਯੋਗਦਾਨ ਸੀਗਾ, ਸਭ ਤੋਂ ਵੱਡੇ ਕ੍ਰਾਈਸਿਸ ਅਤੇ ਚੁਣੌਤੀ ਵਿੱਚ ਪੰਜਾਬ ਦਾ ਕਿਸਾਨ ਕਿਰਤੀ ਕਾਮੇ ਅਤੇ ਖੇਤ ਮਜ਼ਦੂਰ ਨੇ, ਜਿਹਨਾਂ ਲੋਕਾਂ ਨੇ ਆਪਣੀ ਸਾਰੀ ਜ਼ਿੰਦਗੀ ਮਿਹਨਤ ਕਰਕੇ ਭਾਰਤ ਨੂੰ ਅਨਾਜ ਦੇ ਭੰਡਾਰ ਦੇ ਵਿੱਚ ਸੈਲਫ ਸਫੀਸ਼ੀਐਂਟ ਬਣਾਇਆ, ਲੋਕਾਂ ਨੂੰ ਅੰਨ ਪਹੁੰਚਦਾ ਕੀਤਾ, ਰੋਟੀ ਖਵਾਈ, ਔਰ ਬਹੁਤ ਸੇਵਾ ਕੀਤੀ ਇਸ ਦੇਸ਼ ਦੀ, ਪਰ ਉਹਦੇ ਇਵਜ਼ ਵਿੱਚ ਉਹਨਾਂ ਨੂੰ ਮਾਯੂਸੀ ਅਤੇ ਧੋਖਾ ਮਿਲ ਰਿਹਾ ਵਾ। ਜੇ ਮੈਂ ਗੱਲ ਕਰਾਂ ਪਹਿਲਾਂ ਮੋਦੀ ਸਾਹਿਬ ਦੀ ਸਰਕਾਰ ਨੇ ਆਪਣੇ ਇੱਕ ਬਜਟ ਦੇ ਵਿੱਚ, ਜਿੱਥੇ ਕਿ ਲੋਕਾਂ ਨੂੰ ਬਹੁਤ ਭਾਰੀ ਉਮੀਦ ਸੀਗੀ ਕਿ ਸਾਡਾ ਕਰਜ਼ਾ ਇੱਕ ਵਾਰ ਮੋਦੀ ਸਾਹਿਬ ਰਾਈਟ ਆਫ ਕਰਨਗੇ, ਕਿਉਂਕਿ ਕਸੂਰ ਕਿਸਾਨ ਤਾਂ ਖੇਤ ਮਜ਼ਦੂਰ ਦਾ ਨਹੀਂ ਗਾ, ਕਸੂਰ ਇਸ ਦੇਸ਼ 'ਤੇ ਰਾਜ ਕਰਨ ਵਾਲੀ ਪ੍ਰਣਾਲੀ, ਸਕਸੈਸਿਵ ਸੈਂਟਰਲ ਗਵਰਨਮੈਂਟਸ ਇਨਕਲੂਡਿੰਗ ਕਾਂਗਰਸ ਵਿਚ ਹੈਜ਼ ਰੂਲਡ ਦਿਸ ਕੰਟਰੀ ਫੋਰ ਆਲਮੋਸਟ 50 ਈਅਰਸ, ਇਹਨਾਂ ਲੋਕਾਂ ਨੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧਰੋ ਕੀਤਾ ਵਾ, ਉਹਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਦੇ ਭਾਅ ਐਡੇ ਗੈਰ ਵਾਜਬ ਮਿੱਥੇ ਨੇ ਕਿ ਅੱਜ ਸਾਰੇ ਦੇਸ਼ ਦਾ ਕਿਸਾਨ ਬਹੁਤ ਵੱਡੇ ਪੱਧਰ 'ਤੇ ਕਰਜ਼ਈ ਆ, ਪੰਜਾਬ ਇਕੱਲੇ ਦਾ ਕਿਸਾਨ 1 ਲੱਖ ਕਰੋੜ ਰੁਪਏ ਦਾ ਕਰਜ਼ਈ ਆ, ਬੋਥ ਇੰਸਟੀਟਿਊਸ਼ਨਲ ਐਜ ਵੈਲ ਐਜ਼ ਨੋਨ ਇੰਸਟੀਟਿਊਸ਼ਨਲ ਲੋਨਸ, ਔਰ ਇਸ ਦੇ ਬਦੌਲਤ ਕਰਜ਼ੇ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਅਨਐਂਡਿੰਗ ਸੁਸਾਈਡਸ ਪੰਜਾਬ ਦੇ ਵਿੱਚ ਹੋ ਰਹੀਆਂ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ 600 ਤੋਂ ਜ਼ਿਆਦਾ ਕਿਸਾਨ ਅਤੇ ਖੇਤ ਮਜ਼ਦੂਰ ਗਰੀਬ ਆਦਮੀ ਨੇ ਆਤਮ ਹੱਤਿਆ ਕੀਤੀ ਹੈ। ਤੋ ਕਿਸਾਨਾਂ ਨੂੰ ਉਮੀਦ ਸੀਗੀ ਕਿ ਬਜਟ ਆ ਰਿਹਾ ਵਾ, ਸਾਨੂੰ ਇਸ ਬਜਟ ਦੇ ਵਿੱਚ ਭਾਰੀ ਰਾਹਤ ਮਿਲੇਗੀ, ਕਿਉਂਕਿ ਮੋਦੀ ਸਾਹਿਬ ਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ, ਤਾਕਤਵਰ ਲੋਕਾਂ ਨੂੰ, ਜਿਸ ਵਰਗ ਨੇ ਇਸ ਦੇਸ਼ ਦਾ 73% ਸਰਮਾਇਆ ਕੋਰਨਰ ਕੀਤਾ ਹੋਇਆ ਵਾ,
ਤੁਸੀਂ ਸਾਰੇ ਜਾਣਦੇ ਹੋ ਕਿ ਆਕਸਫੈਮ ਦੀ ਰਿਪੋਰਟ ਆਈ ਆ, ਸਵਿਟਜ਼ਰਲੈਂਡ ਡੇਵੋਸ ਸ਼ਹਿਰ ਤੋਂ ਸ਼ਾਇਦ ਰਿਲੀਜ਼ ਹੋਈ ਹੈ। ਉਸ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਪਾਵਰਟੀ ਐਲੀਵੀਏਸ਼ਨ ਦਾ ਕੰਮ ਕੀਤਾ ਔਰ ਪਾਵਰਟੀ ਦੇ ਡਾਟਾ ਇਕੱਠਾ ਕੀਤਾ। ਉਹਦੇ 'ਚ ਪਤਾ ਲੱਗਿਆ ਕਿ ਭਾਰਤ ਵਿੱਚ ਕੇਵਲ 1% ਲੋਕਾਂ ਦੇ ਕੋਲ ਇਸ ਦੇਸ਼ ਦਾ 73% ਸਰਮਾਇਆ ਜਿਹੜਾ ਵਾ ਉਹ ਇਕੱਠਾ ਹੋਇਆ ਹੋਇਆ ਵਾ। ਅਨਫੇਅਰ ਡਿਸਟ੍ਰੀਬਿਊਸ਼ਨ ਆਫ ਵੈਲਥ ਇਨ ਦਿਸ ਕੰਟਰੀ। ਉਸ 1% ਦੀ ਮਦਦ ਤਾਂ ਪਾਰਲੀਮੈਂਟ ਅਤੇ ਸਕਸੈਸਿਵ ਗਵਰਨਮੈਂਟਸ ਦੁਬਾਰਾ ਕਰ ਰਹੀਆਂ ਵਾ, ਔਰ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ ਬਜਟ ਵਿੱਚ 8 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣੇ ਉਹਨਾਂ ਨੂੰ 8 ਲੱਖ ਕਰੋੜ ਰੁਪਇਆ ਰਾਈਟ ਆਫ ਕਰਤਾ, ਇਹ ਕਹਿ ਕੇ ਕਿ ਇਹ ਨੋਨ ਪਰਫੋਰਮਿੰਗ ਐਸੈਟਸ ਨੇ, NPA ਕਰਕੇ ਸਾਡੇ ਬੈਂਕਾਂ ਦੀ ਇਕੋਨਮੀ ਤਬਾਹ ਹੋ ਰਹੀ ਆ। ਆਪਣੇ ਬੈਂਕਾਂ ਨੂੰ ਬਚਾਉਣ ਦਾ ਬਹਾਨਾ ਬਣਾ ਕੇ ਮੋਦੀ ਸਾਹਿਬ ਨੇ 8 ਲੱਖ ਕਰੋੜ ਰੁਪਈਆ ਚੰਦ ਘਰਾਂ ਦਾ, ਔਰ ਉਸ 8 ਲੱਖ 'ਚੋਂ 1/4 ਹਿੱਸਾ ਜਿਹੜਾ ਸੀਗਾ ਉਹ 1 ਦਰਜਨ ਤਾਕਤਵਰ ਪਰਿਵਾਰਾਂ ਦਾ 2 ਲੱਖ ਕਰੋੜ ਰੁਪਈਆ ਮਾਫ਼ ਕੀਤਾ, ਜਦਕਿ ਇਕੱਲੇ ਪੰਜਾਬ ਦੇ ਕਿਸਾਨ ਜੇ ਮੈਂ ਗੱਲ ਕਰਾਂ ਲੱਖਾਂ ਘਰਾਂ ਦਾ 1 ਲੱਖ ਕਰੋੜ ਰੁਪਇਆ ਕਰਜ਼ਾ ਸੀਗਾ, ਉਮੀਦ ਸੀ ਕਿ ਮਾਫ਼ ਕਰਨਗੇ, ਲੇਕਿਨ ਸਾਡੇ ਨਾਲ ਕੋਝਾ ਮਜ਼ਾਕ ਹੋਇਆ। ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਤੋਂ ਵੀ ਜ਼ਿਆਦਾ ਜਿੱਦਾਂ ਐਸਿਡ ਛਿੜਕਿਆ ਹੁੰਦਾ ਉਹ ਕੀਤਾ ਗਿਆ, ਅਤੇ ਕੀ ਕਿਹਾ ਕਿ ਜੀ 6000 ਰੁਪਈਆ ਕਿਸਾਨ ਨੂੰ ਅਸੀਂ 1 ਸਾਲ ਵਿੱਚ ਦਿਆਂਗੇ, ਔਰ ਉਹਨੂੰ ਦਿਆਂਗੇ 3 ਕਿਸ਼ਤਾਂ ਦੇ ਵਿੱਚ 2000 ਰੁਪਈਆ ਕਰਕੇ, ਔਰ ਉਹ 500 ਰੁਪਈਆ ਮਹੀਨਾ ਬਣਦਾ ਵਾ ਅਤੇ 16 ਰੁਪਈਏ ਦਿਹਾੜੀ ਬਣਦੀ, ਵਿੱਚ ਇਜ਼ ਵੈਰੀ ਵੈਰੀ ਅਨਫੋਰਚੁਨੇਟ। ਇਹਦੇ ਨਾਲੋਂ ਜ਼ਿਆਦਾ ਨਾ ਸਿਰਫ ਮਜ਼ਾਕ ਪਰ ਵਿਸ਼ਵਾਸਘਾਤ, ਧੋਖਾ, ਬੈਕਸਟੈਬਿੰਗ, ਇਹਦੇ ਨਾਲੋਂ ਜ਼ਿਆਦਾ ਪਰਫੈਕਟ ਨਹੀਂ ਮਿਲ ਸਕਦਾ। ਔਰ ਇਹ ਉਹ ਪਾਰਟੀਆਂ ਨੇ, ਚਾਹੇ ਕਾਂਗਰਸ ਆ ਚਾਹੇ BJP ਆ, ਇਹ ਸਵਾਮੀਨਾਥਨ ਦੀ ਰਿਪੋਰਟ ਦੀ ਨੂੰ ਪ੍ਰੋਪਗੇਟ ਕਰਦੀਆਂ ਨੇ ਵੋਟਾਂ ਲੈਣ ਵੇਲੇ, ਕਿਸਾਨਾਂ ਨੂੰ ਅਤੇ ਖੇਤ ਮਜ਼ਦੂਰਾਂ ਨੂੰ ਆਣ ਕੇ ਮੈਨੀਫੈਸਟੋ ਦਿਖਾ ਕੇ ਕਿ ਅਸੀਂ ਤੁਹਾਡੇ ਭਾਵ ਦੇਵਾਂਗੇ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਰਿਕਮੈਂਡੇਸ਼ਨਸ ਕਹਿੰਦੀ ਆ, ਦ ਸਟਾਰ ਪੁਆਇੰਟ ਇਜ਼ ਕਿ ਜਿੰਨੀ ਵੀ ਇਨਪੁੱਟ ਹੋਵੇਗੀ ਕਿਸਾਨਾਂ ਦੀ ਫਸਲਾਂ ਦੀ ਲਾਗਤ ਵਿੱਚ, ਉਹਦੇ ਓਵਰ ਐਂਡ ਅਬਵ MSP ਕੈਲਕੂਲੇਟ ਕਰਨ ਵੇਲੇ ਉਸ ਨੂੰ 50% ਉਸ MSP ਦੀ ਕੀਮਤ ਵਿੱਚ ਪ੍ਰੋਫਿਟ ਰੱਖਿਆ ਜਾਣਾ ਚਾਹੀਦਾ ਵਾ। ਲੇਕਿਨ ਉਹ ਪ੍ਰੋਫਿਟ ਤਾਂ ਕੀ ਦੇਣਾ ਸੀਗਾ ਉਹਦੀ, ਤਾਂ ਮੇਰਾ ਖਿਆਲ ਆ ਜਿਹੜੇ ਆਰਥਿਕ ਮਾਹਰ ਨੇ, ਮੈਂ ਇੱਕ ਦਿਨ ਰਾਜੇਵਾਲ ਸਾਹਿਬ ਕੋਲ ਬੈਠਾ ਸੀਗਾ, ਆਈ ਥਿੰਕ ਅਗਰ ਸਵਾਮੀਨਾਥਨ ਦੇ ਫਾਰਮੂਲੇ ਦੇ ਨਾਲ ਕੀਤਾ ਜਾਵੇ ਤਾਂ ਸ਼ਾਇਦ ਕਣਕ ਦਾ ਜਿਹੜਾ 1 ਕੁਇੰਟਲ ਦਾ ਭਾਅ ਸ਼ਾਇਦ 3500 ਕਿ 4000 ਰੁਪਈਆ ਕੁਇੰਟਲ ਬਣਦਾ ਵਾ। ਉਹ ਪੈਸੇ ਤਾਂ ਕੀ ਦੇਣੇ ਸੀਗੇ ਕਿਸਾਨਾਂ ਨੂੰ, ਉਲਟਾ ਮਜ਼ਾਕ ਕਰਕੇ ਅਤੇ 16 ਰੁਪਈਏ ਦਿਹਾੜੀ ਜਿਹੜੀ ਆ ਦੇ ਦਿੱਤੀ ਆ, ਜਿਹੜੀ ਕਿ ਬਹੁਤ ਦੁੱਖਦਾਈ। ਔਰ ਮੋਦੀ ਸਾਹਿਬ ਨੂੰ ਇਹਦੀ ਜਗ੍ਹਾ 'ਤੇ ਤੇਲੰਗਾਨਾ ਦੇ ਤਰਜ਼ ਦੇ ਉੱਤੇ ਕਿਸਾਨਾਂ ਨੂੰ ਕੀਪਿੰਗ ਇਨ ਵਿਊ ਦੀ ਕੰਡੀਸ਼ਨ ਆਫ ਦੀ ਪਲਾਈਟ ਆਫ ਦਾ ਫਾਰਮਰਸ ਅਕਰੋਸ ਦ ਕੰਟਰੀ, ਇਹਨਾਂ ਨੂੰ ਮਾਰਜਨਲ ਅਤੇ ਸਮਾਲ ਫਾਰਮਰ ਨੂੰ 10000 ਰੁਪਈਆ ਪ੍ਰਤੀ ਏਕੜ ਕੈਸ਼ ਸਬਸਿਡੀ ਦੇਣੀ ਚਾਹੀਦੀ ਇਨ ਟੂ ਦੇਅਰ ਅਕਾਊਂਟਸ। ਦੈਟ ਵੁੱਡ ਲੁੱਕ ਮੀਨਿੰਗਫੁੱਲ, ਦੈਟ ਵੁੱਡ ਬੀ ਰੀਅਲ ਹੈਲਪ ਟੂ ਦ ਸਮਾਲ ਮਾਰਜਨਲਾਈਜ਼ਡ ਪੂਅਰ ਫਾਰਮਰ, ਜਿਸ ਨੂੰ ਕੁਛ ਸੈਂਸ ਆਫ ਰਾਹਤ ਮਿਲ ਸਕਦੀ ਹੈ। ਔਰ ਇਹ ਕੋਈ ਬਹੁਤ ਵੱਡੀ ਰਕਮ ਨਹੀਂ ਹੈ ਭਾਰਤ ਦੀ ਸਰਕਾਰ ਲਈ, ਭਾਰਤ ਦੀ ਸਰਕਾਰ ਦੇ ਕੋਲ ਅਥਾਹ ਪੈਸੇ, ਇਕੱਲੇ ਜਿਹੜਾ ਤੇਲ ਅਤੇ ਪੈਟਰੋਲ ਦੀਆਂ ਕੀਮਤਾਂ 'ਚੋਂ ਇੰਟਰਨੈਸ਼ਨਲ ਮਾਰਕੀਟ 'ਤੇ ਕੰਪੈਰੇਟਿਵਲੀ ਗਿਰੀਆਂ ਹੋਈਆਂ ਨੇ, ਪਰ ਉਹ ਲੱਖਾਂ ਕਰੋੜਾਂ ਰੁਪਏ ਦੇਸ਼ ਦੇ ਕੰਜ਼ਿਊਮਰਸ ਕੋਲੋਂ ਇਕੱਠਾ ਕਰਕੇ। ਸੋ ਅਸੀਂ ਕਹਿਣਾ ਚਾਹੁੰਦੇ ਕਿ ਕਿਸਾਨ ਨੂੰ ਜੋ ਵੀ ਰਾਹਤ ਮਿਲੇ ਉਹ ਕੈਸ਼ ਸਬਸਿਡੀ ਦੀ ਸ਼ਕਲ ਵਿੱਚ ਹੋਵੇ, ਔਰ 10000 ਰੁਪਇਆ ਤੁਸੀਂ ਭਾਵਾਂ 2.5 ਕਿੱਲਿਆਂ ਤੱਕ ਹੀ ਕਰ ਦਿਓ,
25,000 ਰੁਪਈਆ ਛੋਟੇ ਤੇ ਦਰਮਿਆਨ ਮਾਰਜਨਲ ਫਾਰਮਰ ਨੂੰ 25,000 ਰੁਪਇਆ ਕੈਸ਼ ਸਬਸਿਡੀ ਪਰ ਈਅਰ ਘੱਟੋ ਘੱਟ ਟ੍ਰਾਂਸਫਰ ਹੋਣੀ ਚਾਹੀਦੀ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਦੋ ਵਕਤ ਦੀ ਰੋਟੀ ਨੂੰ ਉਹ ਉਸੀ ਬੰਦੋਬਸਤ ਕਰ ਸਕੇ। ਦੂਸਰਾ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਕਰਜ਼ਾ ਮਾਫੀ ਆ, ਅਗਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੋਦੀ ਨੇ ਬੜਾ ਵੱਡਾ ਕੋਝਾ ਮਜ਼ਾਕ ਕੀਤਾ ਪੰਜਾਬ ਦੇ ਕਿਸਾਨਾਂ ਨਾਲ, ਨਮਕ ਛਿੜਕਿਆ, ਮੈਂ ਅੱਜ ਬਿਆਨ ਪੜ੍ਹ ਰਿਹਾ ਸੀਗਾ, ਅਤੇ ਇਹ ਘੱਟ ਕਰ ਰਹੇ ਨੇ। ਇਹਨਾਂ ਨੇ ਜਿਹੜਾ ਵਾਅਦਾ ਕੀਤਾ ਸੀਗਾ, ਐਗਰੀਮੈਂਟ ਕੀਤੇ ਸੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ ਲਿਖ ਕੇ ਕਿ ਅਸੀਂ ਤੁਹਾਡਾ ਕੁੱਲ ਕਰਜ਼ਾ ਅੱਜ ਤੋਂ ਬਾਅਦ, ਉਹ ਕਰਜ਼ਾ ਕੈਪਟਨ ਅਮਰਿੰਦਰ ਸਿੰਘ ਦਾ ਵਾ। ਅਤੇ ਜੇ ਮੋਦੀ ਨੂੰ ਤੁਸੀਂ ਤਾਨਾ ਮਾਰਦੇ ਹੋ ਤਾਂ ਇੱਕ ਵਾਰ ਆਪਣੇ ਅੰਦਰ ਵੀ ਝਾਤ ਮਾਰ ਕੇ ਦੇਖੋ ਕਿ ਤੁਸੀਂ ਕੀ ਕੀਤਾ ਪੰਜਾਬ ਦੇ ਕਿਸਾਨਾਂ ਦੇ ਨਾਲ। ਪਿਛਲੇ 2 ਸਾਲ 'ਚ ਤੁਸੀਂ ਜਿਹੜਾ ਕਰਜ਼ਾ ਮਾਫੀ ਦਾ ਡਰਾਮਾ ਰਚਿਆ ਵਾ, ਇਹਦੇ 'ਚ ਸਾਰੀਆਂ ਜੱਗ ਗੱਲਾਂ ਜਾਹਗ ਜ਼ਾਹਰ ਹੋ ਚੁੱਕੀਆਂ ਨੇ। ਤੁਹਾਡੇ ਵੱਡੇ ਵੱਡੇ ਅਮੀਰ ਆਦਮੀ ਮਨਤਾਰ ਸਿੰਘ ਬਰਾੜ, ਜਿਹੜਾ ਕਿ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀ ਭੁਗਤ ਦਾ ਵੀ ਖੁਲਾਸਾ ਕਰਦੀ ਆ, ਉਹਦੀ ਮਦਰ ਦਾ ਲੋਨ ਮਾਫ ਹੋ ਗਿਆ। ਜਦਕਿ ਮੈਂ ਇੱਕ ਦਿਨ ਟੇਲ ਐਂਡ ਦੇ ਉੱਤੇ ਬਕੈਨ ਵਾਲਾ ਪਿੰਡ ਗਿਆ ਸੀਗਾ, ਉੱਥੇ ਕੋਇਲ ਖੇੜਾ ਅਤੇ ਦੀਵਾਨ ਖੇੜਾ ਦੇ ਕਿਸਾਨ ਜੁੜੇ ਸੀਗੇ। ਇੱਕ ਪੰਨਾ ਲਾਲ ਨਾਮ ਦੇ ਫਾਰਮਰ ਨੇ ਮੈਨੂੰ 1 ਏਕੜ ਜ਼ਮੀਨ ਦਾ ਰਕਬੇ ਦੀ ਆਪਣੀ ਮਾਲਕੀ ਦਿਖਾਈ ਅਤੇ ਉਹਨੂੰ 1,60,000 ਰੁਪਏ ਦਾ ਬੈਂਕ ਦਾ ਨੋਟਿਸ ਕੱਢਿਆ ਹੋਇਆ ਸੀਗਾ। ਇੱਕ ਏਕੜ ਵਾਲੇ ਦਾ ਕੋਈ ਕਰਜ਼ਾ ਮਾਫ਼ ਨਹੀਂ ਹੋਇਆ। ਅਤੇ ਮਨਤਾਰ ਸਿੰਘ ਬਰਾੜ ਵਰਗੇ ਅਗਰ ਕੋਈ ਸਹੀ ਮਹੀਨਿਆਂ ਵਿੱਚ ਪ੍ਰੋਪਰ ਸਰਵੇ ਕੀਤਾ ਜਾਵੇ ਤਾਂ ਤੁਹਾਨੂੰ ਨਜ਼ਰ ਆਊਗਾ। ਜੇ ਤੁਸੀਂ ਵੀ ਆਪਣੇ ਪੱਧਰ ਦੇ ਉੱਤੇ ਕਿਸੇ ਇੱਕ ਪਿੰਡ ਵਿੱਚ ਜਾਓ, ਮੈਨੂੰ ਕੱਲ੍ਹ ਧਨੇਟਾ ਪਿੰਡ ਆ ਸਮਾਣੇ ਦੇ ਵਿੱਚ, ਰਸ਼ਪਾਲ ਸਿੰਘ ਜੋੜਾ ਮਾਜਰਾ ਦੇ ਉੱਥੇ, ਅਤੇ ਉਹ ਕਹਿੰਦੇ ਕਿ ਇਕੱਲਾ ਉਹ ਪਿੰਡ ਵਿਜ਼ਿਟ ਕਰੋ, ਵਿੱਚ ਆਈ ਐਮ ਪਲੈਨਿੰਗ ਟੂ ਵਿਜ਼ਿਟ ਇਨ ਦਾ ਨੈਕਸਟ ਫਿਊ ਕਮਿੰਗ ਡੇਜ਼, ਕਿ ਉਸ ਪਿੰਡ ਵਿੱਚ ਅਸੀਂ ਤੁਹਾਨੂੰ ਘੱਟੋ ਘੱਟ 100 ਗਰੀਬ ਪਰਿਵਾਰ ਦਿਖਾਵਾਂਗੇ ਜਿਹੜਾ 2 ਕਿੱਲੇ ਤੋਂ ਘੱਟ ਦਾ ਮਾਲਕ ਆ। ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਹੋਇਆ, ਪਰ ਕਰਜ਼ਾ ਮਾਫ਼ ਹੋਇਆ ਵਾ ਜਿਨ੍ਹਾਂ ਦੇ ਕੋਲ 15-20-25-40-50 ਕਿੱਲੇ ਜ਼ਮੀਨ ਹੈ, ਬਾਦਲਾਂ ਅਤੇ ਕੈਪਟਨਾਂ ਵਰਗੇ ਅਤੇ ਵੱਡੇ ਤਾਕਤਵਰ ਆਦਮੀ ਨੇ, ਉਹਨਾਂ ਦਾ ਕਰਜ਼ਾ ਮਾਫ਼ ਹੋਇਆ ਵਾ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਡੈਟ ਵੇਵਰ ਹੋਇਆ ਪੰਜਾਬ ਦੇ ਵਿੱਚ, ਇਹਦਾ ਇੱਕ ਆਡਿਟ ਕਰਾਇਆ ਜਾਵੇ, ਪ੍ਰੋਪਰ ਸਪੈਸ਼ਲ ਆਡਿਟ, ਔਰ ਉਹ ਸਪੈਸ਼ਲ ਆਡਿਟ ਦੀ ਫਿਗਰਸ ਪੰਜਾਬ ਦੀ ਆਗਾਮੀ ਪੰਜਾਬ ਦੀ ਬਜਟ ਵਿਧਾਨ ਸਭਾ ਦੇ ਵਿੱਚ ਰੱਖੇ ਜਾਣ, ਲੋਕਾਂ ਨੂੰ ਸਹੀ ਪਤਾ ਲੱਗ ਸਕੇ ਕਿ ਕਿੰਨੇ ਲੋਕਾਂ ਦਾ ਕਰਜ਼ਾ ਮਾਫ਼ ਹੋਇਆ 2.5 ਕਿੱਲੇ ਤੋਂ ਥੱਲੜਿਆਂ ਦਾ, ਅਤੇ ਕਿੰਨੇ ਵੱਡੇ ਕਿਸਾਨਾਂ ਦਾ ਹੋਇਆ। ਕਿਉਂਕਿ ਸਾਡਾ ਮੰਨਣਾ ਵਾ ਕਿ ਇਹਦੇ ਵਿੱਚ ਪੱਖਪਾਤ ਹੋ ਰਿਹਾ ਵਾ, ਇਹਦੇ 'ਚ ਕਾਂਗਰਸ ਆਪਣੇ ਆਦਮੀਆਂ ਦੇ ਰੈਵਨਿਊ ਆਫਿਸ਼ਲਸ ਦੇ ਦਬਾਅ ਪਾ ਕੇ, ਕੋਆਪਰੇਟਿਵ ਸੁਸਾਇਟੀਆਂ ਅਤੇ ਬੈਂਕਾਂ ਦੇ ਮਾਲ ਅਫਸਰਾਂ 'ਤੇ ਦਬਾਅ ਪਾ ਕੇ, ਕਾਂਗਰਸ ਆਪਣੇ ਚਹੇਤਿਆਂ ਦਾ, ਵਰਕਰਾਂ ਦਾ ਅਤੇ ਨਾਲ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਅਕਾਲੀ, ਉਹਨਾਂ ਦਾ ਕਰਜ਼ਾ ਮਾਫ਼ ਕਰਾਇਆ ਜਾ ਰਿਹਾ। ਜਦਕਿ ਛੋਟਾ ਕਿਸਾਨ ਅਤੇ ਖੇਤ ਮਜ਼ਦੂਰ, ਬਲਕਿ ਲੈਂਡਲੈਸ ਫਾਰਮਰ, ਮੇਰੇ ਕੋਲ ਇੱਕ ਰਿਪ੍ਰੈਜੈਂਟੇਸ਼ਨ ਆਈ ਆ, ਬੇਜ਼ਮੀਨੇ ਜਿਹੜੇ ਨੇ ਉਹਨਾਂ ਦੇ ਛੋਟੇ ਛੋਟੇ ਹੱਦ ਕਰਜ਼ੇ ਨੇ ਕੋਆਪਰੇਟਿਵ ਸੁਸਾਇਟੀਆਂ ਦੇ, 25-25-30,000 ਦੇ ਨੇ, ਬਹੁਤ ਛੋਟੀ ਜਿਹੀ ਰਕਮ ਆ। ਉਹ ਕਹਿੰਦੇ ਸਾਡੀ ਕੋਈ ਸੁਣਵਾਈ ਨਹੀਂ, ਸਾਡੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ, ਸਾਡਾ ਕਰਜ਼ਾ ਵੀ ਐਵੇਂ 200-300 ਕਰੋੜ ਰੁਪਈਆ, 400-500 ਕਰੋੜ ਰੁਪਈਆ ਹੋਊਗਾ ਉਸ ਵੱਡੇ ਪੈਕੇਜ ਦੇ ਮੁਕਾਬਲੇ, ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਔਰ ਜਿਹੜਾ ਸੋ ਕਾਲ ਡੈਟ ਵੇਵਰ ਹੋਇਆ ਵੀ ਆ, ਉਹਦੇ 'ਚ ਇੱਕ ਬਹੁਤ ਵੱਡਾ ਕਪਲਾ ਵਾ ਕਿ ਜਿਹੜਾ ਕੋਆਪਰੇਟਿਵ ਸੁਸਾਇਟੀ ਦਾ ਹੱਦ ਕਰਜ਼ਾ ਮਾਫ਼ ਕੀਤਾ ਗਿਆ ਵਾ, ਉਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਲੈਟ ਸੇ 2.5 ਏਕੜ ਦਾ ਜ਼ਿਮੀਂਦਾਰ ਆ, ਉਹਨੂੰ ਤਾਂ ਕੋਆਪਰੇਟਿਵ ਸੁਸਾਇਟੀ 1 ਫਸਲ ਦਾ 20,000 ਰੁਪਇਆ ਲੋਨ ਦਿੰਦੀ ਹੈ। ਇਹਦਾ ਮਤਲਬ ਉਹਦੇ ਕੋਲ ਸਾਲ ਦੇ ਵਿੱਚ 50,000 ਰੁਪਏ ਤੋਂ ਤਾਂ ਜ਼ਿਆਦਾ ਉਹਦਾ ਕਰਜ਼ਾ ਹੀ ਹੈ ਨਹੀਂ ਗਾ, ਅਤੇ ਮਾਫ਼ ਕਿੱਦਾਂ ਕਰ ਦਿੱਤਾ 2 ਲੱਖ ਰੁਪਇਆ ਕੈਪਟਨ ਸਾਹਿਬ ਨੇ। ਔਰ ਜਿਹੜਾ ਮੈਕਸੀਮਮ ਕ੍ਰੈਡਿਟ ਲਿਮਿਟ ਆ, MCL ਕਹਿੰਦੇ ਨੇ ਕੋਆਪਰੇਟਿਵ ਜ਼ੁਬਾਨ ਦੇ ਵਿੱਚ, ਜਿਹਨਾਂ ਲੋਕਾਂ ਨੇ 10 ਲੱਖ
10 ਏਕੜ ਵਾਲੇ ਨੇ ਹੱਦ ਕਰਜ਼ਾ ਚੁੱਕਿਆ ਉਹਦਾ ਬਣਦਾ ਵਾ 2 ਲੱਖ ਰੁਪਈਆ। ਇਹਦਾ ਮਤਲਬ ਆਪਣੇ ਆਪ 'ਚ ਜੇ ਆਡਿਟ ਹੋਊਗੀ ਤਾਂ ਪਤਾ ਲੱਗ ਜਾਣਾ ਵਾ ਕਿ ਇਹ ਕਿਹਨਾਂ ਲੋਕਾਂ ਦੇ ਕਰਜ਼ੇ ਮਾਫ਼ ਹੋਏ ਆ। ਪੰਚਾਇਤ ਸੁਸਾਇਟੀਆਂ ਦੇ ਸੈਕਟਰੀਆਂ ਨੇ, DROs ਨੇ ਔਰ ਛੋਟੇ ਪੱਧਰ 'ਤੇ ਰੈਵਨਿਊ ਅਫਸਰਾਂ, ਪਟਵਾਰੀਆਂ ਅਤੇ ਤਹਿਸੀਲਦਾਰਾਂ ਨੇ ਪਿਕ ਐਂਡ ਚੂਜ਼ ਕੀਤਾ। ਪਾਰਟੀਜ਼ਨ ਤਰੀਕੇ ਦੇ ਨਾਲ ਇਸ ਕਰਜ਼ਾ ਮਾਫ਼ੀ ਦੀ ਇੰਪਲੀਮੈਂਟੇਸ਼ਨ ਹੋ ਰਹੀ ਆ, ਜਿਹੜੀ ਕਿ ਬਹੁਤ ਮਿਆਗਰ ਆ। ਕੈਪਟਨ ਸਾਹਿਬ ਦੇ ਬੋਰਡ ਲੱਗੇ ਨੇ ਪੰਜਾਬ 'ਚ ਕਿ 3500 ਕਰੋੜ ਰੁਪਈਆ ਮਾਫ਼ ਕੀਤਾ, 4 ਲੱਖ ਸਵਾ 4 ਲੱਖ ਕਿਸਾਨਾਂ ਦਾ। ਤੁਸੀਂ ਆਪ ਕੈਲਕੂਲੇਟ ਕਰ ਲਓ, 80,000 ਰੁਪਈਆ ਔਸਤ ਨਹੀਂ ਬਣਦੀ। ਹੁਣ ਦੱਸ ਦਿਓ ਕਿ 80,000 ਰੁਪਏ ਦੇ ਨਾਲ ਕਿੰਨੀਆਂ ਖੁਦਕੁਸ਼ੀਆਂ ਪੰਜਾਬ 'ਚ ਰੁਕਣਗੀਆਂ ਅਤੇ ਕਿੰਨੇ ਕਿਸਾਨਾਂ ਦੀ ਹਾਲਾਤ ਜਿਹੜੇ ਘਰੇਲੂ ਨੇ ਉਹ ਹੋਣਗੇ। ਸੋ ਇਸ ਲਈ ਆਈ ਰੀਇਟਰੇਟ ਦੈਟ ਦਿਸ ਸ਼ੁੱਡ ਬੀ ਅ ਸਪੈਸ਼ਲ ਆਡਿਟ, ਬਿਕੋਜ਼ ਆਫਟਰ ਆਲ ਗਵਰਨਮੈਂਟ ਦੇ ਫੰਡਸ ਜਾ ਰਹੇ ਨੇ। ਪਤਾ ਲੱਗਣਾ ਚਾਹੀਦਾ ਰੇਲ ਬੈਨੀਫਿਸ਼ਰੀਜ਼ ਨੂੰ ਜਾ ਰਹੇ ਨੇ ਕਿ ਉਹ ਬੋਗਸ ਬੈਨੀਫਿਸ਼ਰੀਜ਼ ਨੂੰ ਜਾ ਰਹੇ ਨੇ। ਉਹਦਾ ਸਪੈਸ਼ਲ ਆਡਿਟ ਦੀ ਰਿਪੋਰਟ ਪੰਜਾਬ ਦੀ ਵਿਧਾਨ ਸਭਾ ਦੇ ਮੂਹਰੇ ਜਿਹੜੀ ਹੈ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਇਹਦੇ ਨਾਲ ਹੀ ਕਨੈਕਟਿਡ ਆਉਣ ਵਾਲੇ ਸਮੇਂ 'ਚ ਕਿਸਾਨਾਂ ਲਈ ਇੱਕ ਬਹੁਤ ਵੱਡੀ ਚੁਣੌਤੀ ਆ ਰਹੀ ਆ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਨੇ ਕਹਿਤਾ ਕਿ ਸਾਡਾ ਜਿਹੜਾ ਪ੍ਰੋਕਿਓਰਮੈਂਟ ਦਾ ਹਿੱਸਾ ਵਾ ਅਸੀਂ ਉਸ ਨੂੰ ਘਟਾ ਕੇ ਫਰੋਮ 30% 12% ਕਰਨ ਜਾ ਰਹੇ ਹਾਂ, ਜਿਹੜਾ ਕਿ ਸਿੱਧਾ ਇਫੈਕਟ ਕਿਸਾਨਾਂ ਦੇ ਫਸਲ ਦੇ ਉੱਤੇ, ਪ੍ਰੋਕਿਓਰਮੈਂਟ ਦੇ ਉੱਤੇ ਪੈਣਾ ਵਾ। ਅਸੀਂ ਹੁਣ ਤੋਂ ਹੀ ਵਾਰਨ ਕਰਦੇ ਹਾਂ, ਚਾਹੇ ਉਹ ਕਣਕ ਦੀ ਪ੍ਰੋਕਿਓਰਮੈਂਟ ਹੈ ਅਤੇ ਚਾਹੇ ਉਹ ਆਗਾਮੀ ਪੈਡੀ ਦੀ ਪ੍ਰੋਕਿਓਰਮੈਂਟ ਆ, ਇਹ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਚੈਲੇਂਜ ਆ ਰਿਹਾ ਵਾ। ਪੰਜਾਬ ਸਰਕਾਰ ਅਤੇ ਗਵਰਨਮੈਂਟ ਆਫ ਇੰਡੀਆ ਨੂੰ ਇਹਦੇ 'ਤੇ ਆਪਣੀ ਗੱਲ ਦੱਸਣੀ ਚਾਹੀਦੀ ਆ ਕਿ ਕਿਉਂ ਘਟਾਇਆ ਜਾ ਰਿਹਾ ਪ੍ਰੋਕਿਓਰਮੈਂਟ, ਕਿਉਂਕਿ ਸਾਡੇ ਕੋਲ ਮਿਨੀਮਮ ਸਪੋਰਟ ਪ੍ਰਾਈਸ ਸਿਰਫ 2 ਵੱਡੇ ਰਬੀ ਅਤੇ ਖਰੀਫ ਕ੍ਰੋਪਸ ਵਿੱਚ ਹੈਗੀ ਆ, ਕਣਕ ਅਤੇ ਝੋਨੇ 'ਤੇ ਆ। ਜੇ ਇਹਦੇ ਵਿੱਚ ਵੀ ਪ੍ਰੋਕਿਓਰਮੈਂਟ ਨਹੀਂ ਹੋਣੀ ਤਾਂ ਉਹਨਾਂ ਦਾ ਡਿਸਟ੍ਰੈਸ ਸੇਲ ਹੋਊਗੀ, ਕਿਸਾਨ ਪਹਿਲਾਂ ਹੀ ਮਰਿਆ ਹੋਇਆ, ਉਹਦਾ ਭਾਅ ਉਹਦੀਆਂ ਫਸਲਾਂ ਦਾ ਘੱਟ ਮਿਲੇਗਾ। ਹਰਸਿਮਰਤ ਕੌਰ ਪਤਾ ਨਹੀਂ ਕਿੱਥੇ ਬੈਠੀ ਹੈ ਮੈਡਮ, ਉਹਨੂੰ ਦੱਸਣਾ ਚਾਹੀਦਾ ਵਾ ਕਿ ਉਹਦਾ ਇਸ ਇਸ਼ੂ ਦੇ ਉੱਤੇ ਕੀ ਰਵੱਈਆ ਵਾ। ਹਰ ਵੇਲੇ BJP ਦੇ ਨਾਲ ਕਿੱਕਲੀਆਂ ਪਾਉਣ ਨਾਲ ਕੰਮ ਨਹੀਂ ਤੁਹਾਡਾ ਨਿਬੜਦਾ। ਇੱਕ ਪਾਸੇ ਤੁਸੀਂ ਰੋਂਦੇ ਹੋ ਕਿ ਸਾਡੇ ਧਰਮ ਦੇ ਮੁਦਾਖਲਤ ਕਰ ਰਹੇ, ਦੂਜੇ ਪਾਸੇ ਸਮ੍ਰਿਤੀ ਇਰਾਨੀ ਦੇ ਨਾਲ ਕਿੱਕਲੀ ਪਾਈ ਜਾ ਰਹੀ ਆ। ਇਹ ਮਾਣ ਵਾਲੀ ਕਿੱਕਲੀ ਨਹੀਂ, ਇਹ ਦੂਜੀ ਕਿੱਕਲੀ ਆ। ਸੋ ਕਿੱਕਲੀ ਪਾਈ ਜਾ ਰਹੀ ਆ ਅਤੇ ਇਹ ਦੱਸਣ ਬੈਠੇ ਉੱਥੇ ਦਿੱਲੀ ਵਿੱਚ ਕਿ ਇਹਨਾਂ ਦਾ ਇਸ ਇੰਪੋਰਟੈਂਟ ਇਸ਼ੂ ਦੇ ਉੱਤੇ ਕੀ ਹੈ। ਨਾਲ ਹੀ ਗੰਨੇ ਦੇ ਕਿਸਾਨ ਕਾਸ਼ਤਕਾਰ ਅੱਜ ਵੀ ਦੇ ਆਰ ਰਨਿੰਗ ਫਰੋਮ ਪਿੱਲਰ ਟੂ ਪੋਸਟ, ਉਹਨਾਂ ਦਾ ਬਹੁਤ ਮਿਹਨਤ ਦਾ ਜਿਹੜਾ ਕਮਾਈ ਆ ਉਹਦਾ ਏਰੀਅਰਸ, ਪੰਜਾਬ ਦੀਆਂ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਮਾਲਕ ਜਿਹੜੇ ਕਿ ਬਹੁਤੇ ਪੋਲੀਟੀਸ਼ੀਅਨ ਨੇ ਉਹ ਅਦਾ ਨਹੀਂ ਕਰ ਰਹੇ, ਔਰ ਸਰਕਾਰ ਦੀਆਂ ਸ਼ੂਗਰ ਮਿੱਲਾਂ ਦੇ ਲੋਕ ਉਹ ਅਦਾ ਨਹੀਂ ਕਰ ਰਹੇ, ਉਹਨਾਂ ਦੀ ਅਗਲੀਆਂ ਫਸਲਾਂ ਦੇ ਉੱਤੇ ਬਹੁਤ ਭਾਰੀ ਇੰਪੈਕਟ ਪੈ ਰਿਹਾ। ਸਾਡੇ ਦੁਆਬੇ ਦੇ ਵਿੱਚ ਆਲੂ ਦਾ ਕਿਸਾਨ ਅਗਲੀ ਖੁਦਕੁਸ਼ੀ ਦੀ ਲਾਈਨ ਵਿੱਚ ਤਿਆਰ ਆ। ਮੈਨੂੰ ਬਹੁਤ ਸਾਰੇ ਪੋਟੇਟੋ ਗਰੋਵਰਸ ਮਿਲੇ ਨੇ, ਉਹ ਕਹਿੰਦੇ ਕਿ ਸਾਡਾ ਤੀਸਰਾ ਵੱਡਾ ਫੇਲੀਅਰ ਆ ਪੋਟੇਟੋ ਕ੍ਰੋਪ ਦਾ ਪੰਜਾਬ ਦੇ ਵਿੱਚ, ਤੀਸਰਾ ਕਿ ਚੌਥਾ ਕੰਟੀਨਿਊਸਲੀ ਵੀ ਆਰ ਸ਼ੈਟਰਡ ਦੀ ਇਕੋਨਮੀ ਆਫ ਕੋਲਡ ਸਟੋਰੇਜਿਸ ਇਨ ਪੰਜਾਬ ਇਜ਼ ਕੰਪਲੀਟਲੀ ਸ਼ੈਟਰਡ ਐਂਡ ਐਬਸੋਲਿਊਟਲੀ ਇਨ ਡੋਲ ਡਰਮਸ। ਇੱਕ ਮੈਂ ਪੰਜਾਬ ਦੇ ਵਿੱਚ ਜ਼ਹਿਰੀਲੇ ਪਾਣੀਆਂ ਦਾ ਮਸਲਾ ਉੱਠ ਰਿਹਾ ਦੁਬਾਰਾ ਤੋਂ ਫਿਰ, ਕਿਉਂਕਿ ਦੁੱਖ ਨਾਲ ਕਹਿਣਾ ਪੈਂਦਾ ਕਿ ਨਾ ਤਾਂ ਪੰਜਾਬ ਦੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਕੋਈ ਕੋਸ਼ਿਸ਼ ਕੀਤੀ। ਅਸੀਂ ਮਾਮਲਾ ਲੈ ਕੇ ਗਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਵੀ, ਉੱਥੇ ਇਹ ਬੋਗਸ ਫੈਕਟਸ ਪੇਸ਼ ਕਰ ਦਿੰਦੇ ਨੇ, ਸਰਕਾਰ ਵਾਲੇ ਬੋਗਸ ਫਿਗਰਸ ਪੇਸ਼ ਕਰ ਦਿੰਦੀਆਂ ਨੇ, ਬੋਗਸ ਸੈਂਪਲਸ ਪ੍ਰੋਡਿਊਸ ਕਰ ਦਿੰਦੇ ਨੇ, ਜਿਸ ਕਰਕੇ ਪੰਜਾਬ ਦੇ ਵਿੱਚ ਜ਼ਹਿਰੀਲੇ ਪਾਣੀਆਂ ਦਾ ਮਸਲਾ ਜਿਉਂ ਦਾ ਤਿਉਂ ਬਰਕਰਾਰ ਆ। ਹਰੀਕੇ ਬਰਾਜ ਜਿੱਥੇ ਸਤਲੁਜ ਅਤੇ ਦਰਿਆ ਬਿਆਸ ਇਕੱਠਾ ਹੁੰਦਾ, ਉੱਥੇ ਬਹੁਤ ਜ਼ਿਆਦਾ ਕੰਟੈਮੀਨੇਟਿਡ ਪੋਇਜ਼ਨਸ ਵਾਟਰ ਇਜ਼ ਫਲੋਇੰਗ ਇਨ ਟੂ ਆਵਰ ਰਿਵਰਸ। ਅਫਕੋਰਸ
ਬੁੱਢਾ ਨਾਲਾ ਕੰਟੀਨਿਊਸ ਟੂ ਬੀ ਦੀ ਸੋਰਸ ਆਫ ਕੰਟੈਮੀਨੇਸ਼ਨ ਪੋਇਜ਼ਨ ਅਨਟ੍ਰੀਟਿਡ ਵਾਟਰ ਸੀਵਰੇਜ ਵਾਟਰ ਅਨਟ੍ਰੀਟਿਡ ਸੋਲਿਡ ਵੇਸਟ ਸਾਰੀ ਸਾਡੇ ਦਰਿਆਵਾਂ ਵਿੱਚ ਸੁੱਟੀ ਜਾ ਰਹੀ ਆ। ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਚੱਡੇ ਦੇ ਉਸ ਪੋਇਜ਼ਨਸ ਲੀਕੇਜ ਤੋਂ ਬਾਅਦ ਕੁਛ ਸਬਕ ਨਹੀਂ ਸਿੱਖਿਆ ਔਰ ਇਹਦਾ ਅਸਰ ਸਿੱਧਾ ਸਿੱਧਾ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਜਿੱਥੇ ਪੀਣ ਵਾਲੇ ਪਾਣੀ ਇਹੀ ਦਰਿਆਵਾਂ ਦੇ ਪਾਣੀ 'ਚੋਂ ਵਾਟਰ ਵਰਕਸ ਵਿੱਚ ਪਾਣੀ ਜਾਂਦਾ ਅਤੇ ਉਹਦਾ ਇੰਪੈਕਟ ਤਾਜ਼ਾ। ਅਸੀਂ ਜ਼ਮੀਨ ਗਰਾਊਂਡ ਜ਼ੀਰੋ 'ਤੇ ਜਾ ਕੇ ਧਰਾਂਗ ਵਾਲਾ ਪਿੰਡ ਆ ਫਾਜ਼ਿਲਕਾ ਦੇ ਵਿੱਚ, ਉਸ ਪਿੰਡ ਵਿੱਚ ਬੱਚੇ ਮੈਂਟਲੀ ਚੈਲੇਂਜਡ ਪੈਦਾ ਹੋ ਰਹੇ ਨੇ, ਮਾਨਸਿਕ ਰੋਗੀ ਪੈਦਾ ਹੋ ਰਹੇ ਨੇ, ਉਹਨਾਂ ਦੇ ਅੰਗ ਖਰਾਬ ਨੇ, ਕਮਜ਼ੋਰ ਨੇ, ਹਿੱਸਾ ਖਰਾਬ ਹੈ, ਇੱਕ ਪਾਸਾ ਖਰਾਬ ਬੋਡੀ ਦਾ, ਅੰਨੇ ਪੈਦਾ ਹੋ ਰਹੇ ਨੇ, ਬੋਲੇ ਪੈਦਾ ਹੋ ਰਹੇ ਨੇ, ਉਹਨਾਂ ਦਾ ਦੰਦ ਸਾਰੇ ਪਿੰਡ ਦੇ ਤਕਰੀਬਨ ਖਰਾਬ ਆ। ਅਸੀਂ ਉਸ ਪਿੰਡ ਵਿੱਚ ਫਿਰ ਕਿਹਾ 50 ਬੱਚੇ ਉਹਨਾਂ ਨੇ ਪਰੇਡ ਕੀਤੇ। ਮੈਨੂੰ ਬੜਾ ਦੁੱਖ ਹੋਇਆ ਕਿ ਨਾ ਉੱਥੇ ਕੋਈ ਡੀ ਸੀ ਪਹੁੰਚਿਆ ਅੱਜ ਤੱਕ, ਨਾ ਕੋਈ MLA ਅਤੇ ਮਿਨਿਸਟਰ ਗਿਆ। ਮੈਂ ਅਸੀਂ ਸਾਰਿਆਂ ਨੇ NRIs ਦੀ ਹੈਲਪ ਨਾਲ 3,15,000 ਰੁਪਏ ਦੀ ਕੈਸ਼ ਦੀ ਉਹਨਾਂ ਦੀ ਹੈਲਪ ਅਸੀਂ ਬੱਚਿਆਂ ਦੀ ਕਰਕੇ ਗਏ ਹਾਂ ਧਰਾਂਗ ਵਾਲਾ ਪਿੰਡ ਵਿੱਚ। ਔਰ ਇਹ ਸੁਖਬੀਰ ਦਾ ਜਲਾਲਾਬਾਦ ਜਿਹੜੀ ਸੀਟ ਤੋਂ ਲੜਦਾ ਉਹਦਾ ਆਪਣਾ ਜ਼ਿਲ੍ਹਾ ਵਾ, ਡਿਪਟੀ ਚੀਫ ਮਿਨਿਸਟਰ ਰਿਹਾ ਵਾ, ਅਤੇ ਉਹਨਾਂ ਦੇ ਹਾਲਾਤ ਲਾ ਲਓ। ਇਹ ਤਾਂ ਪੈਦਾ ਹੋ ਰਹੇ ਨੇ ਕਿਉਂਕਿ ਸਾਡੇ ਦਰਿਆਵਾਂ ਵਿੱਚ ਅਨਟ੍ਰੀਟਿਡ ਵੇਸਟ ਅਨਟ੍ਰੀਟਿਡ ਸੀਵਰੇਜ ਵਾਟਰ ਸਾਰੇ ਪੰਜਾਬ ਦਾ ਜਾ ਰਿਹਾ। ਅੱਜ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ STP ਸੀਵਰੇਜ ਟ੍ਰੀਟਮੈਂਟ ਪਲਾਂਟਸ ਨਹੀਂ ਹਨ ਪੰਜਾਬ ਦੇ ਵਿੱਚ। ਦੁੱਖਣਾ ਕਹਿਣਾ ਪੈਂਦਾ ਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ ਸੋਲਿਡ ਵੇਸਟ ਮੈਨੇਜਮੈਂਟ ਦਾ ਸਾਂਭਣ ਦਾ ਕੋਈ ਪ੍ਰੋਗਰਾਮ ਨਹੀਂ ਪੰਜਾਬ ਸਰਕਾਰ ਦੇ ਕੋਲ। ਸਾਰੇ ਸ਼ਹਿਰਾਂ ਕਸਬਿਆਂ ਦੇ ਬਾਹਰ ਗੰਦ। ਮੈਂ ਕਰਤਾਰਪੁਰ, ਇੱਕ ਛੋਟਾ ਜਿਹਾ ਕਸਬਾ ਵਾ 30,000 ਆਬਾਦੀ ਦਾ, ਅਗਰ ਤੁਸੀਂ ਮੇਰੇ ਫੇਸਬੁੱਕ ਪੇਜ 'ਤੇ ਜਾਓਗੇ ਮੈਂ ਉੱਥੋਂ ਦਾ ਇਸ਼ੂ ਹਾਈਲਾਈਟ ਕੀਤਾ। ਸਾਰੇ ਪਿੰਡ ਦਾ ਗੰਦਾ ਪਾਣੀ ਅਤੇ ਸਾਰੇ ਪਿੰਡ ਦਾ ਗੰਦਾ ਕੂੜਾ ਚੁੱਕ ਕੇ ਕਿਸਾਨਾਂ ਦੇ ਇੱਕ ਕਰਤਾਰਪੁਰ ਸ਼ਹਿਰ ਦੇ ਬਾਹਰ ਜ਼ਮੀਨਾਂ ਵਿੱਚ ਸੁੱਟਦਾ। ਇੱਕ ਡਰੇਨ ਸੀਗੀ ਜਿਹੜੀ ਕਿ ਸੀਜ਼ਨਲ ਰਿਵਲਟ ਸੀ, ਜਿਹੜਾ ਬਰਸਾਤੀ ਪਾਣੀ ਕੈਰੀ ਕਰਨਾ ਸੀਗਾ, ਸਾਰਾ ਸ਼ਹਿਰ ਦਾ ਗੰਦਾ ਪਾਣੀ ਜਿਹੜਾ ਚੱਕ ਕੇ ਉਸ ਡਰੇਨ ਵਿੱਚ ਸੁੱਟਦਾ। ਸੋ ਗਵਰਨਮੈਂਟ ਜਿੱਦਾਂ ਅਵਾਰਾ ਪਸ਼ੂ ਸਾਂਭਣ ਵਿੱਚ ਫੇਲ ਹੋਈ ਆ 70 ਸਾਲ 'ਚ, ਇੱਦਾਂ ਹੀ ਪੰਜਾਬ ਦੀ ਸ਼ਹਿਰਾਂ ਅਤੇ ਪਿੰਡਾਂ ਦੀ ਗੰਦਗੀ ਨੂੰ ਸੰਭਾਲਣ ਵਿੱਚ ਟੋਟਲ ਫੇਲੀਅਰ ਆ। ਜਿਹੜੀਆਂ ਸਰਕਾਰਾਂ ਅਵਾਰਾ ਪਸ਼ੂ ਨਹੀਂ ਸਾਂਭ ਸਕੀਆਂ 70 ਸਾਲਾਂ 'ਚ, ਜਿਹੜੀਆਂ ਸਰਕਾਰਾਂ ਸ਼ਹਿਰਾਂ ਅਤੇ ਪਿੰਡਾਂ ਦੀ ਗੰਦਗੀ ਨੂੰ ਸੰਭਾਲ ਨਹੀਂ ਸਕੀਆਂ, ਜਿਹੜੀਆਂ ਸਰਕਾਰਾਂ 70 ਸਾਲਾਂ ਵਿੱਚ ਪੀਣ ਵਾਲੇ ਪਾਣੀ ਨੂੰ ਸਾਫ਼ ਪਾਣੀ ਨਹੀਂ ਦੇ ਸਕੀਆਂ, ਨਾਗਰਿਕਾਂ ਦੇ ਵਾਸਤੇ 21ਵੀਂ ਸਦੀ 'ਚ ਪੀਣ ਵਾਲਾ ਪਾਣੀ ਨਹੀਂ ਦੇ ਸਕੀਆਂ, ਉਹਨਾਂ ਨੂੰ ਅਸੀਂ ਸਖ਼ਤ ਸ਼ਬਦਾਂ ਵਿੱਚ ਕੰਡੈਮ ਕਰਦੇ ਹਾਂ। ਨਲਾਇਕ ਨੇ ਔਰ ਬੇਈਮਾਨ ਨੇ ਔਰ ਨਾਲ ਉਹ ਲੋਕਾਂ ਦਾ ਏਜੰਡਾ ਪੰਜਾਬ ਦੀ ਸਰਕਾਰ 'ਤੇ ਪਰਟੀਕੁਲਰਲੀ ਨਹੀਂ, ਚਾਹੇ ਕੈਪਟਨ ਅਤੇ ਚਾਹੇ ਬਾਦਲ, ਇਹਨਾਂ ਦਾ ਕੇਵਲ ਏਜੰਡਾ ਲੁੱਟ ਅਤੇ ਘਸੁੱਟ, ਮਾਫੀਆ ਦਾ ਰਾਜ, ਮੋਨੋਪਲਾਈਜੇਸ਼ਨ ਆਫ ਦਾ ਬਿਜ਼ਨਸਿਸ ਇਨ ਪੰਜਾਬ, ਵੈਦਰ ਇਟ ਇਜ਼ ਟਰਾਂਸਪੋਰਟ, ਵੈਦਰ ਇਟ ਇਜ਼ ਲਿਕਰ, ਬਲਕ ਲਿਕਰ ਦਾ ਟ੍ਰੇਡ ਆ, ਕੇਬਲ ਦਾ ਟ੍ਰੇਡ ਹੈ, ਮਾਈਨਿੰਗ ਦਾ ਟ੍ਰੇਡ ਹੈ, ਰੀਅਲ ਅਸਟੇਟ ਦਾ ਟ੍ਰੇਡ ਹੈ, ਸਾਰੇ 'ਤੇ ਨਜਾਇਜ਼ ਕਬਜ਼ਾ ਕਰਕੇ ਤਾਕਤਵਰ ਪੋਲੀਟੀਕਲ ਪਰਿਵਾਰਾਂ ਨੇ ਨਾਲੇ ਤਾਂ ਖਜ਼ਾਨੇ ਨੂੰ ਲੁੱਟਿਆ ਵਾ ਅਤੇ ਨਾਲੇ ਗਰੀਬਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਕੀਤਾ ਵਾ। ਇਸ ਤੋਂ ਇਲਾਵਾ ਲਾਸਟ ਇੱਕ ਗੱਲ ਕਹਿਣ ਲੱਗਿਆ ਕਿ ਅਸੀਂ ਆਪਣੀ ਪਾਰਟੀ ਦਾ ਵਿਸਥਾਰ ਕਰਨ ਜਾ ਰਹੇ ਹਾਂ, ਕਰ ਰਹੇ ਹਾਂ ਰੈਗੂਲਰਲੀ। ਟੁਡੇ ਵੀ ਆਰ ਰਿਲੀਜ਼ਿੰਗ ਏ ਲਿਸਟ ਆਫ 21 ਓਵਰਸੀਜ਼ ਕੋਆਰਡੀਨੇਸ਼ਨ ਕਮੇਟੀ ਵਰਲਡਵਾਈਡ, ਜਿਹੜੀ ਕਿ ਜਿਸ ਦਾ ਕੰਮ ਜਿਹੜੀ ਅਹੁਦੇਦਾਰ ਨਹੀਂ ਗੇ, ਜਿਸ ਦਾ ਕੰਮ ਹੈਗਾ ਵਾ ਟੂ ਔਰਗਨਾਈਜ਼ ਪੰਜਾਬੀ ਏਕਤਾ ਪਾਰਟੀ ਚੈਪਟਰਸ ਅਕਰੋਸ ਦ ਵਰਲਡ। ਉਹਦੇ 'ਚੋਂ ਕੁਛ ਮੈਂਬਰਸ ਅਮੈਰੀਕਾ ਦੇ ਨੇ,
ਸ਼ਾਇਦ 4 ਜਾਂ 5 ਤੁਸੀਂ ਦੇਖ ਲੈਣਾ, ਮੈਂ ਲਿਖ ਕੇ ਵੀ ਭੇਜਣਾ ਤੁਹਾਨੂੰ। 2-3 ਕੈਨੇਡਾ ਦੇ ਨੇ, 4 ਜਾਂ 5 ਯੂਰਪ ਦੇ ਅਪੁਆਇੰਟ ਕੀਤੇ ਨੇ, ਨਿਊਜ਼ੀਲੈਂਡ ਆਸਟ੍ਰੇਲੀਆ ਦੇ ਅਪੁਆਇੰਟ ਕੀਤੇ ਨੇ, ਅਤੇ ਨਾਲ ਮਿਡਲ ਈਸਟ, ਦੁਬਈ, ਕਤਰ, UAE ਸਾਰੀਆਂ ਸਟੇਟਸ ਦੇ ਵਾਸਤੇ। ਔਰ 3 ਮੈਂਬਰ ਅਸੀਂ ਇਹਨਾਂ 'ਚੋਂ ਆਪਣੀ ਪਾਰਟੀ ਦੀ ਪੋਲੀਟੀਕਲ ਅਫੇਅਰਸ ਕਮੇਟੀ ਵਿੱਚ ਸਪੈਸ਼ਲ ਇਨਵਾਈਟੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਅਸੀਂ ਲੈ ਰਹੇ ਹਾਂ। ਕੰਮ ਇਹਨਾਂ ਨੂੰ 3 ਮਹੀਨੇ ਦਾ ਟੀਚਾ ਦਿੱਤਾ ਕਿ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਏਕਤਾ ਪਾਰਟੀ ਦੇ ਯੂਨਿਟਸ ਜਿਹੜੇ ਨੇ ਉਹ ਸਾਰੇ ਵਿਸ਼ਵ ਦੇ ਵਿੱਚ ਕਾਇਮ ਕੀਤੇ ਜਾਣ, ਕਿਉਂਕਿ ਅੱਜ NRIs ਬਹੁਤ ਬੁਰੀ ਤਰ੍ਹਾਂ ਨਾਲ ਠੱਗੇ ਮਹਿਸੂਸ ਕਰਦੇ ਨੇ ਪੰਜਾਬ ਦੀਆਂ ਪਾਰਟੀਆਂ ਤੋਂ। ਵਿੱਚ ਹੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਉਹਨਾਂ ਦੇ ਪੈਸੇ ਦੀ ਠੱਗੀ ਮਾਰੀ, ਉਹਨਾਂ ਦੇ ਜਿਹੜੇ ਜਜ਼ਬਾਤਾਂ ਦੇ ਨਾਲ ਠੱਗੀ ਮਾਰੀ। ਅਕਾਲੀਆਂ ਨੇ ਤਾਂ ਸ਼ਾਇਦ ਪੁਰਾਣੇ ਠੱਗ ਨੇ, ਅਤੇ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ, ਇਸ ਲਈ ਉਹ ਸਾਰੇ ਸਾਡੀ ਪਾਰਟੀ ਪੰਜਾਬੀ ਏਕਤਾ ਪਾਰਟੀ ਦੇ ਨਾਲ ਜੁੜਨਾ ਚਾਹੁੰਦੇ। ਮੈਂ ਉਹਨਾਂ ਨੂੰ ਅਪੀਲ ਕਰੂੰਗਾ ਸਾਰੇ NRIs ਨੂੰ ਕਿ ਆਫਟਰਆਲ ਅਸੀਂ ਇਹ ਕਿਸੇ ਨੂੰ ਤਾਂ ਜੋਬ ਦੇਣਾ ਸੀਗਾ। ਮੈਨੂੰ ਪਤਾ ਵਾ ਸ਼ਾਇਦ 21 ਮੈਂਬਰ ਦੀ ਬਜਾਏ 2100 ਬੰਦਾ ਇਹ ਜੋਬ ਲੈਣਾ ਚਾਹੁੰਦਾ ਸੀਗਾ, ਬਟ ਵੀ ਆਰ ਕੰਸਟ੍ਰੇਨ ਟੂ ਅਪੁਆਇੰਟ 21 ਮੈਂਬਰਸ ਕੋਆਰਡੀਨੇਸ਼ਨ ਕਮੇਟੀ, ਸੋ ਦੈਟ ਸਾਰੀ ਦੁਨੀਆ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਨੂੰ ਉਹ ਲਾਮਬੰਦ ਕਰ ਦੇਣ ਔਰ ਆਰਗਨਾਈਜ਼ ਕਰ ਦੇਣ। ਲਾਸਟਲੀ, ਜੋ ਸੂਬਿਆਂ ਦੇ ਹਕੂਕ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਵਾ, ਗਵਰਨਮੈਂਟ ਆਫ ਇੰਡੀਆ ਵੱਲੋਂ, ਮੋਦੀ ਸਾਹਿਬ ਦੀ ਸਰਕਾਰ ਵੱਲੋਂ ਜੋ ਟੈਰਰਾਈਜ਼ ਕੀਤਾ ਜਾ ਰਿਹਾ ਵਾ ਸਟੇਟ ਗਵਰਨਮੈਂਟਸ ਨੂੰ, ਔਰ ਜਿਸ ਢੰਗ ਦੇ ਨਾਲ ਉਹਨਾਂ ਦੇ ਹਕੂਕ ਨੂੰ ਦੇ ਉੱਪਰ ਇਨਫਰਿੰਜਮੈਂਟ ਕੀਤੀ ਜਾ ਰਹੀ ਆ, ਪੰਜਾਬੀ ਏਕਤਾ ਪਾਰਟੀ ਇਹਨਾਂ ਦੇਸ਼ ਦੀ, ਭਾਰਤ ਦੀ, ਕੇਂਦਰ ਦੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੀ ਹੈ। ਸਟੇਟਸ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ। ਇਸ ਦੇਸ਼ ਵਿੱਚ ਸਹੀ ਮਾਇਨਿਆਂ ਵਿੱਚ ਫੈਡਰਲ ਢਾਂਚਾ ਪ੍ਰਫੁੱਲਤ ਹੋਣਾ ਚਾਹੀਦਾ ਵਾ, ਨਾ ਕਿ ਹੋਰ ਪਾਵਰਸ ਯੂਸਰਪ ਕਰਕੇ ਔਰ CBI ਨੂੰ ਇੱਕ ਹੱਥ ਠੋਕਾ ਵਰਤ ਕੇ। CBI ਦਾ ਮਿਸਯੂਜ਼ ਬੰਦ ਹੋਣਾ ਚਾਹੀਦਾ ਵਾ। ਇਹੀ BJP ਵਾਲੇ CBI ਨੂੰ ਕਾਂਗਰਸ ਦਾ ਪਿੰਜਰੇ ਦਾ ਤੋਤਾ ਕਹਿੰਦੇ ਹੁੰਦੇ ਸੀ, ਕੇਜਡ ਪਾਇਰੇਟ। ਆਈ ਥਿੰਕ ਵਾਟ ਦੇ ਹੈਵ ਡਨ ਵਿਦ ਦ CBI ਰੀਸੈਂਟਲੀ ਇਜ਼ ਈਵਨ ਵਰਸਟ ਦੈਨ ਦ ਕੇਜਡ ਪਾਇਰੇਟ। ਇਹ ਬਿਲਕੁਲ ਉਹਨਾਂ ਦੀ ਜ਼ੁਬਾਨ ਬੋਲਣ 'ਤੇ ਏਜੰਸੀ ਆ ਗਈ ਆ। ਇਹ ਸਾਡੇ ਇੰਸਟੀਟਿਊਸ਼ਨ ਇਸ ਤਰ੍ਹਾਂ ਦੇਸ਼ ਦੇ ਵਿੱਚ ਤਬਾਹ ਹੋ ਰਹੇ ਨੇ, ਵਿੱਚ ਬਹੁਤ ਬਹੁਤ ਦੁਖਦਾਈ ਗੱਲ ਆ। ਅਤੇ ਇੱਕ ਮੈਂ ਆਪਣੇ ਸਾਰੇ ਵਿਸ਼ਵ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ, ਪੰਜਾਬੀਆਂ ਨੂੰ, ਭੈਣਾਂ ਭਰਾਵਾਂ ਨੂੰ ਤੁਹਾਡੇ ਜ਼ਰੀਏ ਕਾਲ ਦੇਣਾ ਚਾਹੁੰਦਾ ਕਿ ਅਸੀਂ ਆਪਣਾ ਮੈਂਬਰਸ਼ਿਪ ਫੋਰਮ ਗੂਗਲ ਦੇ ਉੱਤੇ, ਗੂਗਲ ਦਾ ਫੋਰਮ ਆਪਣੇ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕਰ ਲਿਆ, ਵਟਸਐਪ 'ਤੇ ਵੀ ਭੇਜ ਦਿਆਂਗੇ। ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਪੰਜਾਬ ਵਿੱਚ ਅਤੇ ਵਿਸ਼ਵ ਦੇ ਬੈਠੇ ਸਾਡੇ ਪ੍ਰਾਇਮਰੀ ਮੈਂਬਰਸ ਬਣਨ, ਤਾਂ ਕਿ ਅਸੀਂ ਆਪਣੇ ਇਸ ਰੀਜਨਲ ਫੋਰਸ ਨੂੰ ਪੰਜਾਬ ਦੇ ਹਿੱਤਾਂ ਦੀ ਲੜਾਈ ਕਰਨ ਵਿੱਚ ਸਮਰੱਥ ਬਣਾ ਸਕੀਏ, ਪੰਜਾਬ ਦੇ ਪਾਣੀਆਂ ਨੂੰ, ਪੰਜਾਬ ਦੀ ਕਿਸਾਨੀ ਦੀ ਲੜਾਈ ਲੜ ਸਕੀਏ, ਵਪਾਰੀਆਂ ਦੀ ਲੜਾਈ ਲੜ ਸਕੀਏ, ਨੌਜਵਾਨਾਂ ਦੀ ਲੜਾਈ ਲੜ ਸਕੀਏ, ਨਸ਼ੇ ਦੇ ਖਿਲਾਫ ਲੜਾਈ ਲੜ ਸਕੀਏ, ਭ੍ਰਿਸ਼ਟਾਚਾਰ ਦੇ ਖਿਲਾਫ ਡਟ ਕੇ ਲੜਾਈ ਲੜ ਸਕੀਏ। ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਿ ਸਾਡੇ ਜਿਹੜਾ ਮੈਂਬਰਸ਼ਿਪ ਫੋਰਮ ਹੈਗਾ ਗੂਗਲ ਫੋਰਮ, ਉਸ ਨੂੰ ਬੜਾ ਸਿੰਪਲ ਫੋਰਮ ਹੈ, ਉਹਦੇ 'ਤੇ ਆਪਣੇ ਡਾਟਾ ਭਰ ਕੇ ਅਤੇ ਸਾਨੂੰ ਤੁਸੀਂ ਉਹ ਅਵੇਲੇਬਲ ਕਰਾਓ, ਤਾਂ ਕਿ ਅਸੀਂ ਤੁਹਾਡੇ ਤੱਕ ਵੱਧ ਤੋਂ ਵੱਧ ਪਹੁੰਚ ਕਰ ਸਕੀਏ। ਸੋ ਸਾਡਾ ਏਜੰਡਾ ਅੱਜ ਦੀ ਇਸ ਮੀਟਿੰਗ ਦਾ, ਪਲੱਸ ਆਫਕੋਰਸ ਔਰਗਨਾਈਜੇਸ਼ਨ ਬਿਲਡਿੰਗ, ਵੀ ਆਰ ਗੋਇੰਗ ਟੂ ਸਪਰੈਡ ਆਵਰ ਔਰਗਨਾਈਜੇਸ਼ਨ ਟੂ ਦਾ ਵਿਲੇਜ ਲੈਵਲ ਵੈਰੀ ਸ਼ੋਰਟਲੀ। ਮੇਰੇ ਸਾਰੇ ਪੰਜਾਬ ਦੇ ਆਵਾਮ ਨੂੰ, ਨੌਜਵਾਨਾਂ ਨੂੰ, ਔਰਤਾਂ ਨੂੰ, ਪਛੜੀਆਂ ਸ਼੍ਰੇਣੀਆਂ, ਦਲਿਤਾਂ ਨੂੰ, ਕਿਸਾਨਾਂ, ਕਿਰਤੀਆਂ, ਕਾਮਿਆਂ, ਵਪਾਰੀਆਂ ਨੂੰ ਕਿ ਤੁਹਾਡੀ ਪਾਰਟੀ ਹੈ ਪੰਜਾਬੀ ਏਕਤਾ ਪਾਰਟੀ, ਇਜ਼ ਨੋਟ ਦ ਪਾਰਟੀ ਆਫ ਐਨੀ ਵਨ ਪਰਟੀਕੁਲਰ ਪਰਸਨ, ਇਟ ਇਜ਼ ਯੋਰ ਪਾਰਟੀ। ਸੋ ਪਲੀਜ਼ ਕਮ ਫੋਰਵਰਡ, ਜ਼ਾਤ ਪਾਤ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ
ਅਕਾਲੀਆਂ ਦੇ ਅਤੇ ਕਾਂਗਰਸ ਦੇ ਕੇਡਰ ਨੂੰ ਕਹਿਣਾ ਚਾਹੁੰਦਾ, ਉੱਥੇ ਦਰੀਆਂ ਵਿਛਾਉਣ ਵਾਲਿਆਂ ਦਾ ਕੋਈ ਥਾਂ ਨਹੀਂ ਗਾ, ਉੱਥੇ ਮਿਹਨਤ ਕਰਨ ਵਾਲੇ ਇਮਾਨਦਾਰ ਬੰਦਿਆਂ ਦਾ ਕੋਈ ਥਾਂ ਨਹੀਂ ਗਾ, ਉੱਥੇ ਰਾਣੇ ਗੁਰਜੀਤਾਂ ਦਾ, ਐਨ ਕੇ ਸ਼ਰਮਿਆਂ ਦਾ, ਦੀਪ ਮਲਹੋਤਰਿਆਂ ਦਾ, ਇਹਨਾਂ ਲੋਕਾਂ ਦਾ, ਵਪਾਰੀਆਂ ਦਾ ਥਾਂ ਵਾ। ਟਾਈਮ ਜ਼ਾਇਆ ਨਾ ਕਰੋ, ਅਸੀਂ ਦਰੀਆਂ ਵਿਛਾਉਣ ਵਾਲਿਆਂ ਨੂੰ, ਇਮਾਨਦਾਰ ਬੰਦਿਆਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ ਤਰਜੀਹ ਦਿਆਂਗੇ। ਇਸ ਲਈ ਤੁਹਾਡਾ ਸਾਰੇ ਕੇਡਰ ਨੂੰ ਸੱਦਾ, ਬੀ ਅਤੇ ਸੀ ਕੈਟੇਗਰੀ ਨੂੰ। ਏ ਕੈਟੇਗਰੀ ਦੇ ਜਿਹੜੇ ਲਾਲਚੀ ਲੀਡਰ ਆ ਉਹ ਕਾਂਗਰਸ ਅਤੇ ਅਕਾਲੀ ਦਲ ਨੂੰ ਮੁਬਾਰਕ, ਬੀ ਅਤੇ ਸੀ ਕੈਟੇਗਰੀ ਦੇ ਲੋਕਾਂ ਨੂੰ ਸਾਡਾ ਸੱਦਾ ਵਾ ਕਿ ਸਾਡੇ ਨਾਲ ਸਾਥ ਦਿਓ। ਔਰ ਬਹੁਤ ਸਾਰੇ ਲੋਕ ਆ ਰਹੇ ਨੇ, ਸੋ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ। ਇਫ ਯੂ ਹੈਵ ਐਨੀ ਕੁਐਸਚਨਸ ਆਈ ਐਮ ਹੇਅਰ ਟੂ ਆਨਸਰ। ਕਿਆ ਸਾਢੇ 4 ਵਜੇ ਨਹੀਂ ਤਾਂ ਜੀ, ਮੈਂ ਉਹਨਾਂ ਨੂੰ ਮਿਲਣ ਜਾ ਰਿਹਾ, ਤੁਸੀਂ ਆ ਜਾਓ, ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ। ਐਂਡ ਦੇਖੋ, ਛੋਟੇਪੁਰ ਜੀ ਦਾ ਇਹ ਆ ਕਿ ਉਹ ਇੱਕ ਗੱਲ ਮੰਨਣੀ ਪਊਗੀ ਕਿ ਅਰਸੇ ਤੋਂ ਇਸ ਟ੍ਰੈਡੀਸ਼ਨਲ ਕਰਪਟ ਸਿਸਟਮ ਦੇ ਖਿਲਾਫ ਲੜ ਰਹੇ ਨੇ, ਔਰ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਨਾਲ ਧੋਖਾ ਕੀਤਾ, ਜੋ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਐਡਾ ਘਟੀਆ ਇਲਜ਼ਾਮ ਲਾਇਆ, ਉਹ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਬਹੁਤ ਗਲਤ ਹੋਇਆ ਵਾ। ਔਰ ਜਿਹੜਾ 80 ਲੱਖ ਰੁਪਏ ਦਾ ਇਲਜ਼ਾਮ ਉਹਨਾਂ ਨੇ ਲਾਇਆ, ਕੇਜਰੀਵਾਲ ਨੇ ਅੱਜ ਤੱਕ ਆਪਣੇ ਮੂੰਹੋਂ ਖੋਲਿਆ ਨੀਗਾ, ਨਾ ਭਗਵੰਤ ਮਾਨ ਨੇ ਜਵਾਬ ਦਿੱਤਾ ਕਿ ਉਹ 80 ਲੱਖ ਰੁਪਏ ਜਿਹੜਾ ਇਹਨਾਂ ਨੇ ਕਿਹਾ ਕਿ ਬਤੌਰ ਕਨਵੀਨਰ 2014 ਦੀ ਲੋਕ ਸਭਾ ਦੀ ਇਲੈਕਸ਼ਨ ਵਿੱਚ ਦੇ ਕੇ ਆਏ ਸੀ ਕੈਸ਼। ਵੇਅਰ ਇਜ਼ ਦੈਟ ਮਨੀ ਮਿਸਟਰ ਕੇਜਰੀਵਾਲ? ਯੂ ਮਸਟ ਆਨਸਰ ਦਿਸ ਕੁਐਸਚਨ। ਸੋ ਇਸ ਲਈ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ, ਮੈਂ ਉਹਨਾਂ ਨੂੰ ਪ੍ਰੇਰੂੰਗਾ। ਆਈ ਵੁੱਡ ਲਾਈਕ ਦੈਟ ਪੀਪਲ ਲਾਈਕ ਛੋਟੇਪੁਰ ਸ਼ੁੱਡ ਕਮ ਐਂਡ ਜੁਆਇਨ, ਵੀ ਸ਼ੁੱਡ ਬੀ ਆਲ ਵਨ ਟੂਗੈਦਰ। ਨਹੀਂ, ਉਹਦੇ 'ਚ ਕਰਪਟ ਤਾਂ ਕੱਢਣ ਵਾਸਤੇ ਨਹੀਂ ਸੀ ਕਿ ਸਾਡੀ ਉਹਨਾਂ ਨੇ ਪ੍ਰਵਾਨਗੀ ਲਈ ਸੀ, ਪਰ ਇੱਕ ਗੱਲ ਯਾਦ ਰੱਖਿਓ ਕਿ ਮੈਂ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਉਹਨਾਂ ਦੀ ਜਿਹੜੀ ਅਨਸੈਰੇਮੋਨੀਅਸ ਅਤੇ ਗਲਤ ਇਲਜ਼ਾਮ ਲਾ ਕੇ ਜਿਹੜੀ ਸੀਗੀ ਉਹਨਾਂ ਦੀ ਆਊਸਟਰ, ਉਸ ਨੂੰ ਕੰਡੈਮ ਵੀ ਕੀਤਾ ਸੀਗਾ। ਕਈ ਵਾਰ ਤੁਸੀਂ ਪਾਰਟੀ ਵਿੱਚ ਰਹਿੰਦੇ ਹੋਏ ਕੁਛ ਕਰਨਾ ਪੈਂਦਾ, ਪਰ ਮੈਂ ਫੁਲਕਾ ਸਾਹਿਬ, ਕੰਵਰ ਸੰਧੂ ਦੇ ਘਰ ਛੋਟੇਪੁਰ ਸਾਹਿਬ ਦੀ ਹਾਜ਼ਰੀ 'ਚ ਕੇਜਰੀਵਾਲ ਨਾਲ ਘੱਟੋ ਘੱਟ 4 ਵਾਰੀ ਟੈਲੀਫੋਨ 'ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗਲਤ ਕਦਮ ਚੁੱਕ ਰਹੇ, ਤੁਸੀਂ ਇਹ ਕਦਮ ਨਾ ਚੁੱਕਿਆ ਜਾਓ। ਤਲੋਚਨ ਜੀ ਦਾ ਨਿਬੇੜ ਲੈਂਦੇ ਹੋ, ਕਈ ਵਾਰ ਜ਼ਿੰਦਗੀ 'ਚ ਗਲਤੀਆਂ ਹੁੰਦੀਆਂ, ਗਲਤੀ ਸੀਗੀ, ਹਾਂਜੀ ਮੈਂ ਮੰਨਦਾ ਗਲਤੀ ਸੀ। ਨਹੀਂ, ਮੇਰਾ ਖਿਆਲ ਹੈ ਸੇਖਵਾਂ ਸਾਹਿਬ ਬੈਟਰ ਜਵਾਬ ਦੇ ਸਕਦੇ ਨੇ। ਅਸੀਂ ਤਾਂ ਇਨ ਲਾਰਜਰ ਇੰਟਰਸਟ ਆਫ ਪੰਜਾਬ, ਕਿਉਂਕਿ 5 ਪਾਰਟੀਆਂ ਸੀ ਨਾ ਜੀ, ਇਕੱਲਾ ਖਹਿਰਾ ਜਾਂ ਇਕੱਲਾ ਪੰਜਾਬੀ ਏਕਤਾ ਪਾਰਟੀ ਉਹਦਾ ਹਿੱਸਾ ਨਹੀਂ ਸੀ। ਉਹਨਾਂ ਨੇ ਜਦੋਂ ਚਰਚਾ ਕੀਤੀ ਕਿ ਕੀ ਆਪਾਂ ਉਹਨਾਂ ਨੂੰ ਨਾਲ ਆਮ ਆਦਮੀ ਨੂੰ ਲੈ ਸਕਦੇ, ਅਸੀਂ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਦਾ ਆਇਆ ਰਿਬਟਲ ਕਿ ਅਸੀਂ ਕੇਜਰੀਵਾਲ ਨਾਲ ਸਲਾਹ ਕਰਕੇ ਤੁਹਾਨੂੰ ਦੱਸਾਂਗੇ, ਮੈਨੂੰ ਸੇਖਵਾਂ ਸਾਹਿਬ ਨੇ ਦੱਸਿਆ ਕਿ ਸਾਨੂੰ 2 ਦਿਨ ਦਾ ਟਾਈਮ ਚਾਹੀਦਾ। 2 ਦਿਨ ਬਾਅਦ ਉਹਨਾਂ ਨੂੰ ਉੱਥੋਂ ਹਦਾਇਤ ਆ ਗਈ ਦਿੱਲੀ ਤੋਂ ਇਸ ਖੁਦਮੁਖਤਿਆਰ ਕੋਰ ਕਮੇਟੀ ਨੂੰ ਕਿ ਜਿੱਥੇ ਖਹਿਰਾ ਅਤੇ ਬਹਿਸ ਆ ਉੱਥੇ ਤੁਸੀਂ ਸੰਧੀ ਨਹੀਂ ਕਰਨੀ। ਸੋ ਆਮ ਆਦਮੀ ਪਾਰਟੀ ਨੂੰ ਖਹਿਰਾ ਬਹਿਸ ਦੀ ਨਫ਼ਰਤ ਜ਼ਿਆਦਾ ਪਿਆਰੀ ਆ ਬਨਿਸਬਤ ਪੰਜਾਬ ਦੇ ਮੁੱਦੇ। ਸੋ ਆਈ ਡੋਂਟ ਥਿੰਕ ਦੇ ਆਰ ਬਿਕਮਿੰਗ ਅ ਪਾਰਟ ਆਫ ਦਿਸ ਅਲਾਇੰਸ। ਕਿਉਂ ਪਹੁੰਚੂਗਾ? ਝਾੜੂ ਅਲੈਦਾ ਲੜ ਕੇ ਫਾਇਦਾ ਦੇ ਸਕਦੀ, ਦੇਣਾ ਚਾਹੁੰਦੇ ਹੋ? ਅਸੀਂ ਤਾਂ ਸਾਰੇ ਲਾਮਬੰਦ ਹੋ ਰਹੇ ਹਾਂ, ਅਸੀਂ ਓਪੋਜੀਸ਼ਨ ਦੀ ਵੋਟ ਨੂੰ ਟੋਟਲੀ ਯੂਨਾਈਟ ਕਰ ਰਹੇ ਹਾਂ। ਬ੍ਰਹਮਪੁਰਾ ਕੀ ਕਹਿ, ਸੋਰੀ ਕੀ ਕਹਿ ਰਿਹਾ ਭਗਵੰਤ ਮਾਨ, ਕੀ ਕਹਿ ਰਿਹਾ ਭਗਵੰਤ ਮਾਨ? ਜਿਵੇਂ ਬੋਲ ਰਹੇ ਨੇ ਕਿ ਲਗਾਤਾਰ ਨਜ਼ਰ ਨਹੀਂ ਆ ਰਹੀ ਕਿਤੇ ਆਪਸੀ ਤਾਲਮੇਲ ਦੇ ਵਿੱਚ ਪਾਰਟੀ ਦੇ ਨਾਲ, ਤੇ ਤੁਹਾਨੂੰ ਲੱਗਦਾ ਹੁਣ ਕੀ ਜਿਹੜਾ ਹੈਗਾ ਮੂਵ ਕਰਨਗੇ ਦਿੱਲੀ ਪਾਰਟੀ ਨਾਲ ਮਿਲਣ ਲਈ ਹਾਈ ਕਮਾਂਡ? ਅਸੀਂ ਕਾਹਦੇ ਲਈ ਮੂਵ ਕਰਨਾ ਜੀ ਉਹਨੂੰ ਜਾਲਣ ਦੋ ਜਿੱਥੇ ਫਿਰਦੇ ਨੇ? ਹਲੇ ਸਾਡੇ ਡੈਮੋਕ੍ਰੈਟਿਕ ਅਲਾਇੰਸ ਨੇ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਦੱਸਿਆ ਸੀਗਾ, 50% ਸੀਟਸ ਦੇ ਉੱਤੇ ਕੰਸੈਂਸਸ ਬਣ ਚੁੱਕਿਆ। ਇਕੱਲੀਆਂ ਸੀਟਾਂ ਦਾ ਕੰਸੈਂਸਸ ਨਹੀਂ, ਇਸ਼ੂਜ਼ ਦਾ ਕੰਸੈਂਸਸ ਵੀ ਬਣਾ ਰਹੇ ਹਾਂ।
ਕਿ ਆਪਾਂ ਕਿਹੜੀ ਕਿਹੜੀ ਗੱਲ ਦੇ ਉੱਤੇ ਇੱਕ ਪੇਜ ਦੇ ਹਾਂ, ਕਿਸਾਨਾਂ 'ਤੇ, ਨਸ਼ਿਆਂ 'ਤੇ, ਭ੍ਰਿਸ਼ਟਾਚਾਰ 'ਤੇ, ਕਿੱਥੇ ਤੱਕ ਆਪਾਂ ਇਕੱਠੇ ਜਾਣਾ ਵਾ, ਕਿਉਂਕਿ ਇਸ਼ੂ ਬੇਸਡ ਸਾਰੀ ਗੱਲ ਹੋਣੀ ਚਾਹੀਦੀ, ਨਾ ਸਿਰਫ ਸੀਟਾਂ ਦੀ ਵੰਡ ਨੂੰ ਲੈ ਕੇ। ਇੱਕ ਅੱਧੇ ਦਿਨ ਦੇ ਵਿੱਚ ਵਿੱਚ ਮੀਟਿੰਗ ਹੋ ਰਹੀ ਆ, ਅਸੀਂ ਕਾਫੀ ਹੋਪਫੁੱਲ ਹਾਂ ਕਿ ਅਸੀਂ ਬਾਕੀ ਦੀਆਂ ਰਿਮੇਨਿੰਗ ਸੀਟਸ ਦੇ ਉੱਤੇ ਵੀ ਕਰ ਲਾਂਗੇ। ਜਦੋਂ ਸੀਟਾਂ ਤੈਅ ਹੋ ਜਾਣਗੀਆਂ ਤਾਂ ਅਸੀਂ ਆਪਣੇ ਆਪ ਐਲਾਨ ਕਰ ਦਾਂਗੇ। ਹਾਲੇ ਕਿਹੜੀ ਸੀਟ 'ਤੇ ਕਿਸ ਨੇ ਲੜਨਾ ਵਾ ਇਹਦਾ ਫਾਈਨਲ ਫੈਸਲਾ ਨਹੀਂ ਹੋਇਆ। ਦੇਖੋ ਇਸ ਤਰ੍ਹਾਂ ਵਾ ਕਿ ਅਗਰ ਸਾਡਾ ਅਲਾਇੰਸ ਕਲਿੰਚ ਹੋ ਜਾਂਦਾ, ਬਹੁਜਨ ਸਮਾਜ ਪਾਰਟੀ ਉਸ ਦੇ ਵਿੱਚ ਭਾਈਵਾਲ ਹੁੰਦੀ ਆ ਔਰ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਹੋ ਜਾਂਦੀਆਂ ਕਿ ਅਸੀਂ ਇੱਕ ਤੀਸਰਾ ਮੋਰਚਾ ਪੰਜਾਬ ਦੇ ਵਿੱਚ ਬਣਾਇਆ ਵਾ ਜਿਹੜਾ ਕਿ ਕਾਂਗਰਸ ਅਤੇ ਬੀਜੇਪੀ ਨੂੰ ਇਕੁਈ ਡਿਸਟੈਂਸ ਮੇਨਟੇਨ ਕਰੇਗਾ। ਔਰ ਉਸ ਮੀਟਿੰਗ ਤੋਂ ਬਾਅਦ ਮਾਇਆਵਤੀ ਜੀ ਦੇ ਨਾਲ ਸਾਡੀ ਦਿੱਲੀ ਵਿੱਚ ਮੀਟਿੰਗ ਹੋਵੇਗੀ। ਉਸ ਮੀਟਿੰਗ ਤੋਂ ਬਾਅਦ ਕੰਸੈਂਸਸ ਬਣਾ ਕੇ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਦਿੱਤਾ ਜਾਵੇਗਾ। ਦੇਖੋ ਕੋਈ ਪਾਰਟੀ ਕੀ ਕਹਿੰਦੀ ਆ ਉਹਨਾਂ ਨੂੰ ਆਪਣਾ ਅਧਿਕਾਰ ਆ, ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ। ਅਗਰ ਯੂਨਾਈਟਿਡ ਅਕਾਲੀ ਦਲ ਨੇ ਪਹਿਲਾਂ ਹੀ ਅਨਾਊਂਸ ਕਰਤਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਮੰਨਦੇ ਨੇ, ਉਹ ਉਹਨਾਂ ਦੀ ਇੱਛਾ ਹੈ, ਉਹ ਆਜ਼ਾਦ ਪਾਰਟੀ ਆ। ਅਸੀਂ ਆਪਣਾ ਤੁਹਾਨੂੰ ਦੱਸਤਾ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਇਸ ਤਰ੍ਹਾਂ ਨਾਲ ਮੂਵ ਕਰੇਗਾ ਕਿ ਅਸੀਂ ਸਾਰਿਆਂ ਨਾਲ ਮਸ਼ਵਰਾ ਕਰਕੇ ਸੀਟਸ ਦੇ ਨੇੜੇ ਕਰਕੇ ਮਾਇਆਵਤੀ ਜੀ ਨੂੰ ਦਿੱਲੀ ਵਿੱਚ ਮਿਲ ਕੇ ਉਹਨਾਂ ਦੀ ਪੰਜਾਬ ਦੇ ਪ੍ਰਤੀ ਆਈਡੀਓਲੋਜੀ ਨੂੰ ਸਮਝ ਕੇ, ਬਿਕੋਜ਼ ਪੰਜਾਬ ਨੀਡਸ ਲੋਟ ਆਫ ਹੈਲਪ ਫਰੋਮ ਦਾ ਗਵਰਨਮੈਂਟ ਆਫ ਇੰਡੀਆ। ਕੱਲ੍ਹ ਨੂੰ ਪ੍ਰਾਈਮ ਮਿਨਿਸਟਰ ਬਣਦੇ ਨੇ ਮਾਇਆਵਤੀ ਜੀ, ਸਾਡੇ ਪਾਣੀਆਂ ਦਾ ਮਸਲਾ ਵਾ, ਸਾਡੇ ਕਿਸਾਨ ਦਾ ਅਤੇ ਇੰਡਸਟਰੀ ਦਾ ਪੈਕੇਜ ਦਾ ਇਸ਼ੂ ਆ। ਇਹ ਸਾਰੀਆਂ ਗੱਲਾਂ ਅਸੀਂ ਉਹਨਾਂ ਨਾਲ ਕਰਾਂਗੇ ਔਰ ਉਹਨਾਂ ਨੇ ਅਗਰ ਜੋ ਸਾਨੂੰ ਯਕੀਨ ਦਵਾਇਆ ਕਿ ਹਾਂ ਅਸੀਂ ਸੂਬਿਆਂ ਨੂੰ ਵੱਧ ਅਧਿਕਾਰਾਂ ਲਈ ਖੜ੍ਹੇ ਹਾਂ ਅਤੇ ਪੰਜਾਬ ਦੇ ਕਿਸਾਨ ਵਾਸਤੇ ਖੜ੍ਹੇ ਹਾਂ, ਅਤੇ ਫਿਰ ਦੈਨ ਯੂਨੈਨਿਮਸਲੀ ਜਦੋਂ ਫੈਸਲਾ ਹੋਊਗਾ ਦੈਨ ਡਿਕਲੇਅਰ ਕਰਾਂਗੇ। ਇਹ ਉਹਨਾਂ ਨੂੰ ਪੁੱਛ ਲੈਂਦੇ ਬੜੀ ਦੇਰ ਦੇ ਖੜ੍ਹੇ। ਕਿੱਥੇ ਆ ਮੇਰਾ ਨੋਟਿਸ? ਦੇਖੋ ਗੱਲ ਇਹ ਆ, ਇੱਕ ਗੱਲ ਆ, ਜੇ ਕਿਸੇ ਘਰ ਵਿੱਚ ਸਾਡੇ ਕੋਲ ਆਊਗਾ ਨੋਟਿਸ, ਉਹ ਤੋਂ ਲਿਖਾ ਲੈਣਗੇ ਅਸੀਂ ਨੋਟਿਸ ਨਹੀਂ ਲੈਣਾ। ਉਹ ਤਾਂ ਤੁਸੀਂ ਦੇਖ ਲਿਆ ਕਾਗਜ਼ ਉਹ ਜਿੱਥੇ ਲਿਖਿਆ ਕਿ ਮੈਂ ਨੋਟਿਸ ਨਹੀਂ ਲੈਣਾ। ਨੋਟਿਸ ਨਹੀਂ ਆਇਆ ਜੀ, ਮੈਂ ਗਲਤ ਕਹਿ ਰਿਹਾ? ਸਾਡੇ ਇੰਪਲੋਈ ਕੋਲ ਲਿਖਾਉਣ ਕਿ ਮੈਂ ਨੋਟਿਸ ਨਹੀਂ ਲੈ ਰਿਹਾ? ਵਾਈ ਵੁੱਡ ਆ ਰਨ ਅਵੇ ਟੇਕਿੰਗ ਫਰੋਮ ਦਾ ਨੋਟਿਸ? ਇਹ ਉਹ ਕਰ ਕੁਛ ਰਹੇ ਨੇ, ਕਹਿ ਤੁਹਾਨੂੰ ਕੁਛ ਹੋਰ ਰਹੇ ਨੇ, ਮੇਰੇ ਕੋਲ ਕੋਈ ਨੋਟਿਸ ਨਹੀਂ ਆਇਆ। ਦੇਖੋ ਉਹਨਾਂ ਦੇ ਨਾਲ ਪਹਿਲੀ ਗੱਲ ਤਾਂ ਬਰਗਾੜੀ ਐਸ ਸੱਚ ਕੋਈ ਇੱਕ ਪਾਰਟੀ ਨਹੀਂ ਗੀ, ਉਹਦੇ ਵਿੱਚ ਉਹੀ ਨੇ ਜਿੱਦਾਂ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀਗਾ, ਅਤੇ ਹਲੇ ਅੱਜ ਤੱਕ ਉਹ ਸਾਡੇ ਅਲਾਇੰਸ ਦਾ ਹਿੱਸਾ ਨਹੀਂ ਗੇ। ਅਗਰ ਸਾਡੇ ਅਲਾਇੰਸ ਪਾਰਟਨਰ ਸਾਰੇ ਕੰਸੈਂਸਸ ਨਾਲ ਕੋਈ ਗੱਲ ਕਰਨਗੇ, ਦੈਨ ਓਨਲੀ ਆਈ ਕੈਨ ਮੇਕ ਅ ਕਮੈਂਟ ਔਨ ਦਿਸ। ਇਹ ਤਾਂ ਸਾਰਾ ਕੁਛ ਅੰਡਰਸਟੂਡ ਹੀ ਹੋ ਗਿਆ, ਖੁਲਾਸਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਬਲੈਸਿੰਗਸ ਦੇ ਨਾਲ ਆਹ ਚਰਨਜੀਤ ਸ਼ਰਮੇ ਵਰਗੇ ਜਿਹੜੇ ਲੋਕਾਂ ਨੇ ਗੋਲੀਆਂ ਚਲਾ ਕੇ ਬੰਦੇ ਮਾਰੇ ਸੀਗੇ, ਇਹਨਾਂ ਨੇ ਸਾਰਾ ਐਵੀਡੈਂਸ ਡਿਸਟਰੋਏ ਕੀਤਾ ਵਾ, ਫੈਬਰੀਕੇਟ ਕੀਤਾ ਵਾ, ਸਾਰਾ ਕੁਛ ਬਣਾਇਆ ਵਾ। ਇਹਦੇ 'ਚ ਤਾਂ ਹੁਣ ਸਗੋਂ ਗੱਲ ਹੋਰ ਸਪਸ਼ਟ ਹੋ ਗਈ ਆ ਕਿ ਅਕਾਲੀਆਂ ਦਾ ਅਤੇ ਬਾਦਲ ਦੀ ਇਹਦੇ 'ਚ ਹੋਰ ਵੀ ਜ਼ਿਆਦਾ ਮਿਲੀ ਭੁਗਤ ਸੀਗੀ, ਤਾਂ ਕਿ ਕੋਈ ਗੱਲ ਹੀ ਨਾ ਰਹਿ ਜਾਵੇ। ਔਰ ਤੁਹਾਨੂੰ ਯਾਦ ਹੈ ਕਿ ਜਿਹੜਾ CCTV ਫੁਟੇਜ ਸੀਗੀ, ਉਹ ਜ਼ੋਰਾ ਸਿੰਘ ਨੇ ਜਿਹੜਾ ਕਮਿਸ਼ਨ ਬਣਾਇਆ ਜਾਂ ਅਕਾਲੀਆਂ ਦੇ ਰਾਜ ਵਿੱਚ, ਉਹ CCTV ਫੁਟੇਜ ਪੁਲਿਸ ਵਾਲਿਆਂ ਨੇ ਦਿੱਤੀ ਨਹੀਂ ਕਿਸੇ ਨੂੰ ਹੀ। ਦੈਟ ਫੁਟੇਜ ਆਲਸੋ ਸਪੀਕਸ ਵੋਲਿਊਮਸ ਅਬਾਊਟ ਦੀ ਅਟਰੋਸਿਟੀਜ਼ ਕਮਿਟਿਡ। ਸੋ ਇਹ SIT ਨੂੰ ਜਿਹੜੀ ਤਹਿਕੀਕਾਤ ਹੈ, ਇਹ ਹੁਣ ਲੋਜੀਕਲ ਕੰਕਲੂਜਨ ਤਾਂ ਲਿਜਾਣੀ ਚਾਹੀਦੀ ਆ। ਅਗਰ ਉਹ ਸੁਖਬੀਰ ਨੂੰ ਸਪੇਅਰ ਕਰਦੇ ਨੇ ਔਰ ਚੀਫ ਮਿਨਿਸਟਰ ਦਾ ਰੋਲ ਨਹੀਂ ਲੈ ਕੇ ਆਉਂਦੇ ਵਿੱਚ, ਜਿਹਦੇ ਵਿੱਚ ਕਿ 14 ਅਕਤੂਬਰ 2015 ਦੀ ਸਵੇਰੇ 2 ਵਜੇ ਕਾਲ ਕਰਨ ਦਾ ਕੀ ਤੁੱਕ ਬਣਦੀ ਆ DIGP ਨੂੰ? ਇੱਕੋ ਹੀ ਤੁੱਕ ਸੀਗੀ,
ਕਿ ਅੱਜ ਕੋਟਕਪੂਰੇ 'ਚੋਂ ਧਰਨਾ ਚੁਕਾਓ ਅਤੇ ਬਹਿਬਲ ਦੇ ਵਿੱਚੋਂ ਧਰਨਾ ਚੁਕਾਓ। ਉਹਨਾਂ ਨੇ ਜਾਂਦਿਆਂ 6:15 ਗੋਲੀ ਅਤੇ ਡਾਂਗਾਂ ਵਰਾਈਆਂ ਕੋਟਕਪੂਰੇ, ਅਤੇ 9:15 ਬਹਿਬਲ ਵਿੱਚ 2 ਬੰਦੇ ਮਾਰ ਦਿੱਤੇ ਸੀਗੇ। ਸਾਡਾ ਇਹ ਮੰਨਣਾ ਵਾ ਕਿ ਇਹ ਬਾਦਲ ਦੇ ਪਰਿਵਾਰ ਦੀ ਮਿਲੀ ਭੁਗਤ ਤੋਂ ਬਗੈਰ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਨਾ ਹੀ ਬਹਿਬਲ ਕਲਾਂ ਦੇ ਵਿੱਚ ਜਿਹੜੀਆਂ 2 ਸਿੱਖਾਂ ਦਾ ਕਤਲ ਹੋਇਆ, ਇਹਨਾਂ ਦੀ ਜ਼ਿੰਮੇਵਾਰੀ ਆ। ਆਲ ਪੀਪਲ ਇਰਰਿਸਪੈਕਟਿਵ ਆਫ ਦੇ ਸੀਨੀਓਰਿਟੀ, ਵੈਦਰ ਇਟ ਇਜ਼ DGP ਸੈਣੀ, ਵੈਦਰ ਇਟ ਇਜ਼ ਸੁਖਬੀਰ ਬਾਦਲ, ਵੈਦਰ ਇਟ ਇਜ਼ ਮਿਸਟਰ ਬਾਦਲ, ਡਾਊਨ ਦਾ ਲਾਈਨ ਆ ਜਿਹੜੇ IG ਅਤੇ DIG ਵਗੈਰਾ ਜਿੰਨੇ ਇਨਵੋਲਵ ਆ, ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਚੰਗੀ ਤਰ੍ਹਾਂ ਨਾਲ। ਇਹ ਨਹੀਂ ਦੇਣਗੇ ਅਤੇ ਜਿੱਦਣ ਸਾਡਾ ਸਮਾਂ ਆਏਗਾ ਅਸੀਂ ਦਿਆਂਗੇ ਸਾਰਿਆਂ ਨੂੰ, ਔਰ ਇਹਨਾਂ ਨੂੰ ਵੀ ਨਾਲ ਦਵਾਵਾਂਗੇ ਜਿਹਨਾਂ ਨੇ ਹੁਣ ਐਵੀਡੈਂਸ ਜਿਹੜਾ ਡਿਸਟਰੋਏ ਕਰਨਗੇ। ਪਾਕਿਸਤਾਨ ਰੇਲ ਮੰਤਰੀ ਨੇ ਭਾਰਤ ਤੇ ਜਿਹੜੀ ਪਾਕਿਸਤਾਨ ਦੀ ਰੇਲ ਜਿਹੜੀ ਹੈ ਲਾਈਨ ਹੈਗੀ ਹੈ ਉਹਦੀ ਪੇਸ਼ਕਸ਼ ਕੀਤੀ ਹੈ। ਹਾਂ, ਮੈਂ ਸੁਣ ਰਿਹਾ ਸੀਗਾ, ਇਹ ਤਾਂ ਬੜੀ ਅੱਛੀ ਗੱਲ ਹੈ ਜੀ ਕਿ ਜੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਰੇਲਵੇਜ਼ ਨਾਲ ਵੀ ਕਨੈਕਟ ਕੀਤਾ ਜਾਵੇ। ਪਾਕਿਸਤਾਨ ਦੇ ਮਿਨਿਸਟਰ ਦੀ ਇਹ ਪ੍ਰਪੋਜ਼ਲ, ਇਟਸ ਅ ਵੈਲਕਮ ਸਟੈਪ। ਆਈ ਥਿੰਕ ਗਵਰਨਮੈਂਟ ਆਫ ਇੰਡੀਆ ਸ਼ੁੱਡ ਆਲਸੋ ਰੈਸੀਪ੍ਰੋਕੇਟ ਐਂਡ ਪ੍ਰੋਵਾਈਡ ਏ ਰੇਲਵੇ ਲਿੰਕ ਟੂ ਦੀ ਹਿਸਟੋਰਿਕ ਪਲੇਸ ਆਫ ਗੁਰਦੁਆਰਾ ਕਰਤਾਰਪੁਰ ਸਾਹਿਬ। ਇਟ ਵਿਲ ਬੀ ਏ ਵੈਲਕਮ ਸਟੈਪ, ਅਤੇ ਨਾਲ ਥੋੜ੍ਹਾ ਰਿਲੈਕਸ ਹੋਣੀਆਂ ਚਾਹੀਦੀਆਂ ਨੋਰਮਸ। ਇਹ ਨਹੀਂ ਗਾ ਕਿ ਉਹੀ ਵੀਜ਼ਾ ਅਤੇ ਉਹੀ ਸਾਰਾ ਪ੍ਰੋਸੈਸ, ਅਗਰ ਤੁਸੀਂ ਜੇ ਦੇ ਰਹੇ ਹੋ ਕੋਰੀਡੋਰ, ਕੋਰੀਡੋਰ ਇਜ਼ ਲਾਈਕ ਏ ਯੂ ਨੋ ਐਕਸੈਸ ਪੁਆਇੰਟ, ਅਤੇ ਜੇ ਉਹਦੇ ਵਿੱਚ ਵੀ ਸਾਰੀਆਂ ਉਹੀ ਰੱਖਣੀਆਂ ਵਾ ਪੇਚੀਦੀਆਂ, ਤਾਂ ਫਿਰ ਮੈਂ ਸਮਝਦਾ ਕਿ ਪਿਲਗ੍ਰਿਮਸ ਦੀ ਜਿਹੜੀ ਹਰਾਸਮੈਂਟ ਜ਼ਿਆਦਾ ਹੋਵੇਗੀ। ਠੀਕ ਹੈ। ਹਾਂ ਹਾਂ, ਉਹ ਮੈਂ ਗੱਲ ਕਹਿਣਾ ਭੁੱਲ ਗਿਆ ਸੀਗਾ, ਕੁਲਵੰਤ ਸਿੰਘ ਬਹੁਤ ਵੱਡਾ ਖੁਲਾਸਾ ਕੀਤਾ, ਚੰਗਾ ਕੀਤਾ ਯਾਦ ਕਰਾਤਾ ਮੇਰੇ ਦਿਮਾਗ 'ਚ। SGPC ਦੇ ਸੈਕਟਰੀ ਨੇ ਕਿਤਾਬ ਲਿਖੀ, ਕੁਲਵੰਤ ਸਿੰਘ ਰੰਧਾਵਾ ਨੇ, ਫੋਰਮਰ ਸੈਕਟਰੀ, ਜਿਹੜਾ ਕਿ ਬਹੁਤ ਇੰਪੋਰਟੈਂਟ ਪੋਜੀਸ਼ਨ ਹੈ, ਜਿਹੜਾ ਸਾਰੇ SGPC ਦੀ ਐਗਜੈਕਟਿਵ ਪ੍ਰੈਜ਼ੀਡੈਂਟ ਦੇ ਆਰਡਰਸ ਕੈਰੀ ਆਊਟ ਕਰਦਾ, ਐਗਜੀਕਿਊਟ ਕਰਦਾ। ਉਹਨਾਂ ਨੇ ਅੱਜ ਕਹਿਤਾ ਵਾ ਕਿ ਬਾਦਲ ਦਾ ਪਰਿਵਾਰ SGPC ਦੇ ਫੰਡਸ ਮਿਸਯੂਜ਼ ਕਰਦਾ ਸੀ। ਤੌਬਾ ਮੇਰੀ, ਗੋਲਕ ਦੇ ਫੰਡਸ, ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹਦਾ ਕਸਟੋਡੀਅਨ ਸੀਗਾ, ਜਿਹੜਾ ਉਹਦਾ ਰਖਵਾਲਾ ਸੀਗਾ, ਉਸ ਦੇ ਦੁਰਉਪਯੋਗ ਦੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ। ਅਤੇ ਨਾਲ ਉਹਨਾਂ ਨੇ ਕਿਹਾ ਕਿ ਦੇ ਵਰ ਰਨਿੰਗ ਦੀ SGPC, ਔਰ ਇਹ ਗੱਲ ਤਾਂ ਵਿੰਡੀਕੇਟ ਹੁੰਦੀ ਆ। ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖ ਰਹੇ ਕਿ ਸੁਖਬੀਰ ਸਿੰਘ ਬਾਦਲ ਲਿਫਾਫਾ ਭੇਜਦਾ ਵਾ ਚੰਡੀਗੜ੍ਹੋਂ ਜਾਂ ਦਿੱਲੀਓਂ ਅੰਮ੍ਰਿਤਸਰ, ਜਦੋਂ ਪ੍ਰੈਜ਼ੀਡੈਂਟ ਇਲੈਕਟ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ, SGPC ਦਾ ਸ਼ਾਇਦ ਮੰਜੀ ਸਾਹਿਬ ਹਾਲ ਦੇ ਵਿੱਚ, ਉੱਥੇ ਲਿਫਾਫੇ ਦੇ ਵਿੱਚੋਂ ਪ੍ਰਧਾਨ ਕੱਢਿਆ ਜਾਂਦਾ। ਸਾਰੇ ਇਲਜ਼ਾਮ ਲੋਕਾਂ ਦੇ, ਕੁਲਵੰਤ ਸਿੰਘ ਰੰਧਾਵਾ ਸੈਕਟਰੀ SGPC ਨੇ ਫੋਰਮਰ, ਉਹਨਾਂ ਨੇ ਪੁਖਤਾ ਕਰ ਦਿੱਤੇ ਨੇ, ਅਤੇ ਹੁਣ ਇਹਦੀ ਕੋਗਨੀਜੈਂਸ ਕੌਣ ਲੈ ਸਕਦਾ ਵਾ? SGPC ਦਾ ਪ੍ਰਧਾਨ ਤਾਂ ਲੈ ਨਹੀਂ ਸਕਦਾ, ਕਿਉਂਕਿ ਉਹ ਤਾਂ ਉਹਨਾਂ ਦਾ ਇੱਕ ਹੋਰ ਹੱਥ ਠੁੱਕਾ ਵਾ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਹੁਤ ਵੱਡਾ ਇਮਤਿਹਾਨ ਹੈ ਜ਼ਿੰਦਗੀ ਦਾ, ਨਵੇਂ ਬਣੇ ਨੇ, ਕਹਿੰਦੇ ਮੈਂ ਇਨਸਾਫ ਕਰੂੰਗਾ। ਉਹਨਾਂ ਨੂੰ ਇਸ ਕੁਲਵੰਤ ਸਿੰਘ ਰੰਧਾਵਾ ਦੇ ਖੁਲਾਸੇ ਦੇ ਆਧਾਰ ਦੇ ਉੱਤੇ ਬਾਦਲ ਦੇ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਸਮਨ ਕਰਨਾ ਚਾਹੀਦਾ ਵਾ, ਅਗਰ ਉਹਨਾਂ ਵਿੱਚ ਜਾਨ ਹੈ, ਔਰ ਉਹਨਾਂ ਦੀ ਐਕਸਪਲੇਨੇਸ਼ਨ ਲੈਣੀ ਚਾਹੀਦੀ ਆ, ਅਤੇ ਕੁਲਵੰਤ ਸਿੰਘ ਰੰਧਾਵਾ ਨੂੰ ਫੇਸ ਟੂ ਫੇਸ ਕਰਾਉਣਾ ਚਾਹੀਦਾ ਵਾ ਕਿ ਕਿਹੜੀਆਂ ਕਿਹੜੀਆਂ ਧਾਂਦਲੀਆਂ ਗੁਰਦੁਆਰਾ ਸਾਹਿਬ ਦੇ ਫੰਡਸ ਵਿੱਚ ਹੁੰਦੀਆਂ ਨੇ। ਗੋਲਕ ਦੀ ਚੋਰੀ ਹੈ ਇਹ, ਮਾਇੰਡ ਯੂ, ਗੋਲਕ ਦੀ ਚੋਰੀ, ਔਰ ਉਸ ਗੋਲਕ ਦੀ ਚੋਰੀ ਜਿੱਥੇ ਸਾਡੇ ਪੁਰਖਿਆਂ ਨੇ ਮੋਰਚੇ ਲਾ ਕੇ ਸ਼ਹਾਦਤਾਂ ਦੇ ਕੇ ਮਸੰਦਾਂ ਨੂੰ ਬਾਹਰ ਕੱਢੇ ਸੀ, ਅਤੇ ਇਹ ਨਵੇਂ ਮਸੰਦ ਆ ਗਏ ਨੇ ਸਾਡੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਵਾਸਤੇ। ਮੈਂ ਸਿੱਖ ਆਵਾਮ ਨੂੰ, ਪੰਜਾਬੀਆਂ ਨੂੰ ਅਪੀਲ ਕਰੂੰਗਾ ਕਿ ਇਹਨਾਂ ਤੋਂ ਬਚ ਜਾਓ ਜੇ ਬਚ ਸਕਦੇ ਹੋ ਤਾਂ। ਇਹਨਾਂ ਨੇ ਗੁਰਦੁਆਰੇ ਨਹੀਂ ਬਖਸ਼ੇ, ਇਹ ਤੁਹਾਨੂੰ ਵੀ ਨਹੀਂ ਬਖਸ਼ਣਗੇ, ਤੁਹਾਡਾ ਭਵਿੱਖ ਖਾ ਗਏ ਨੇ, ਤੁਹਾਡੇ ਨੌਜਵਾਨਾਂ ਦਾ ਭਵਿੱਖ, ਆਪਣੇ ਬੱਚਿਆਂ ਦਾ ਭਵਿੱਖ ਖਾ ਗਏ ਨੇ ਸਾਰਾ। ਇਸ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਹੁਤ ਵੱਡਾ ਇਮਤਿਹਾਨ ਹੈ, ਹੀ ਸ਼ੁੱਡ ਬੀ
he should have the courage to summon these people and punish them accordingly, ਤਾਂ ਕਿ ਮੁੜ ਕੇ ਕੋਈ ਪੋਲੀਟੀਕਲ ਲੀਡਰ, ਕੋਈ ਸਿੱਖ ਅਖੌਤੀ ਅਕਾਲੀ ਇਸ ਤਰ੍ਹਾਂ ਦੀ ਅਵੱਗਿਆ ਇਸ ਧਾਰਮਿਕ ਸੰਸਥਾ ਦੇ ਨਾਲ ਨਾ ਕਰ ਸਕੇ।